ਪਤਾ ਕੀ ਆ ਜਿਹੜੇ ਆਈਡਲਸ ਲੋਕਾਂ ਦੇ ਪਹਿਲੇ ਕੋਈ ਹੋਰ ਬਾਡੀ ਬਿਲਡਰ ਸੀਗੇ ਨਾ ਪਹਿਲੇ ਕੋਈ ਹੋਰ ਵੱਡੇ ਨਾਮ ਸੀਗੇ ਉਹ ਆਪਣੇ ਸਿੰਘ ਹੋ ਗਏ ਕਹਿਣਾ ਨਾ ਵੀ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਇਹਨਾਂ ਨੇ ਸਾਰੇ ਬੱਲੇ ਰਿਕਾਰਡ ਬੋਲਦੇ ਹਾਂਜੀ ਸਟ੍ਰੈਸ ਸਭ ਤੋਂ ਵੱਡਾ ਰੀਜ਼ਨ ਸਟ੍ਰੈਸ ਤੁਹਾਡੇ ਟੈਸਟੋਸਟਰੋਨ ਲੋਨ ਜਿਹਦੇ ਲੋਨ ਸਭ ਤੋਂ ਵੱਡਾ ਰੀਜ਼ਨ ਹੀ ਉਹ ਬਾਬਾ ਸ਼ਾਮ ਸਿੰਘ ਨਾਰਲੇ ਵਾਲੇ ਆਹੇ ਦੋ ਬੰਦੇ ਉਹ ਕੰਧ ਨਾਲ ਚੰਗੇ ਤਗੜੇ ਏਦਾਂ ਬਾਹਾਂ ਨਾਲ ਫੜ ਕੇ ਤੇ ਕੰਧ ਨਾਲ ਉੱਪਰ ਚੁੱਕ ਦਿੰਦੇ ਸੀਗੇ ਹਰੀ ਸਿੰਘ ਨਾਲ ਉਹਨਾਂ ਦਾ ਵੀ ਸੁਣਿਆ ਵਾ ਮੋਟੀਵੇਸ਼ਨ ਦੇ ਸਾਨੂੰ ਮੋਟੀਵੇਸ਼ਨ ਦੀ ਲੋੜ ਨਹੀਂ ਸ਼ਹੀਦ ਸਿੰਘ ਸਦਾ ਨਾਲ ਹੀ ਨੇ ਬਾਣਾ ਮੋਟੀਵੇਸ਼ਨ ਹੈ ਲੋਕਾਂ ਲਈ ਅੰਮ੍ਰਿਤ ਵੇਲੇ 12 ਵਜੇ ਨੇ ਪਿੰਨੀਆਂ ਨਾਲ ਪਈਆਂ ਨੇ ਤੇ ਬਿਲਕੁਲ ਬੇਸਿਕ ਗੱਲਾਂ ਹੋਣਗੀਆਂ ਵਿੱਕੀ ਭਾਜੀ ਆਈਏਬੀਪੀ ਪ੍ਰੋ ਨੇ ਜਿਹੜੇ ਨਿਹੰਗ ਸਿੰਘ ਪਾਵਰ ਲਿਫਟਰ ਸਾਡੇ ਨਾਲ ਬੈਠੇ ਨੇ ਦਿੱਲੀ ਤੋਂ ਜਿਹੜੇ ਕੀ ਕਿੱਥੇ ਰਹਿੰਦੇ ਨੇ ਜੀ ਦੱਸ ਦਿਓ ਇੱਕ ਵਾਰ ਮਨ ਕਰਦਾ ਘਰੋਂ ਬਾਹਰ ਨਿਕਲੋ ਕਸਰਤ ਕਰੋ ਕਿਸੇ ਤਰੀਕੇ ਦੀ ਵੀ ਕਰ ਲੋ ਰੱਸੀ ਟੱਪ ਲੋ ਜਿਮ ਲਾ ਲੋ ਪਾਵਰ ਲਿਫਟਿੰਗ ਕਰ ਲੋ ਕਬੱਡੀ ਖੇਡ ਲੋ ਜੋ ਤੁਹਾਡਾ ਘਰੋਂ ਨਿਕਲੋ ਸਭ ਤੋਂ ਸਵਾ 12 ਹੋ ਗਏ ਰਾਤ ਦੇ ਬਾਬਾ ਜੀ ਤੁਸੀਂ ਤਾਂ ਦੱਸੋ ਜਿਹੜੇ ਪੁੱਛੀ ਜਾਂਦਾ ਫਿਰ ਵੀ ਤੁਸੀਂ ਕਮੈਂਟਾਂ ਵਿੱਚ ਗੈਸ ਕਰਕੇ ਦੱਸਿਓ ਜੀ ਕਿੰਨੇ ਕਿੰਨੇ ਪੈਸੇ ਲੈਂਦੇ ਬਾਬਾ ਜੀ ਜਿਹੜੇ ਨਵੇਂ ਮੁੰਡੇ ਜਿਮ ਚ ਜਾਂਦੇ ਨੇ ਬਹੁਤ ਜ਼ਿਆਦਾ ਭਾਰ ਚੱਕਣ ਦੀ ਕੋਸ਼ਿਸ਼ ਕਰਦੇ ਨੇ ਤੁਹਾਡੇ ਵਾਂਗੂ ਉਹ ਸਹੀ ਹੈ ਗਲਤ ਹੈ ਚੁੱਕਣਾ ਚਾਹੀਦਾ ਕਿ ਨਹੀਂ ਦੱਸੋ ਬਾਬੇ ਇੱਦਾਂ ਵੀ ਸਭ ਤੋਂ ਪਹਿਲਾਂ ਤੇ ਬੰਦੇ ਜਿਹੜੇ ਬੇਸਿਕ ਉਹ ਸਟਰੋਂਗ ਹੋਣੇ ਚਾਹੀਦੇ ਜਿਹੜਾ ਬੰਦਾ ਪੁਸ਼ਅਪ ਨਹੀਂ ਮਾਰ ਸਕਦਾ ਪੁਲਅਪ ਨਹੀਂ ਮਾਰ ਸਕਦਾ ਡਿਪਸ ਨਹੀਂ ਮਾਰ ਸਕਦਾ ਬਾਡੀ ਵੇਟ ਹੀ ਨਹੀਂ ਚੁੱਕ ਸਕਦਾ ਉਹ ਭਾਰ ਕਿੱਦਾਂ ਚੁੱਕੂਗਾ ਕਿਉਂਕਿ ਜੁਆਇੰਟ ਕਮਜ਼ੋਰ ਨੇ ਤੇ ਬਾਕੀ ਮੈਂ ਵੀ ਜਿੱਦਾਂ ਡਿਆ ਨਾ ਕੋਚ ਦੇ ਅੰਡਰ ਇਹ ਹੈਗਾ ਇੱਕ ਇੱਕ ਬੋਡੀ ਕਰਕੇ ਚੜ੍ਹਨੀ ਹੁਣ ਜੇ ਮੈਂ ਵੇਖਾਂ ਮੇਰੇ ਤੋਂ ਬੜੇ ਬੜੇ ਤਕੜੀ ਦੁਨੀਆਂ ਬਲੀ ਆ ਉਹਨਾਂ ਵੱਲ ਵੇਖਾਂ ਤੇ ਮੈਂ ਇੰਜਰੀ ਕਰਾ ਲਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿਸੇ ਦੇ ਵੱਲ ਨਹੀਂ ਵੇਖਣਾ ਚਾਹੀਦਾ ਆਪਣੀ ਸ਼ਮਤਾ ਦੇਖਣੀ ਚਾਹੀਦੀ ਤੁਸੀਂ ਕਿੰਨਾ ਕੁ ਜੇ ਤੁਸੀਂ ਪੁਸ਼ਅਪ ਪੁਲਅਪ ਨਹੀਂ ਨਾ ਲਾ ਸਕਦੇ ਫਿਰ ਭਾਰ ਭੁੱਲ ਜਾਓ ਭਾਰ ਚੱਕਣਾ ਜਾ ਕੇ ਜਾਂ ਬਣਾਉਣਾ ਉਹਨੇ ਮਸਲ ਹੈ ਸੋ ਭਾਰ ਜ਼ਿਆਦਾ ਚੱਕਣਾ ਚਾਹੀਦਾ ਕਿ ਨਹੀਂ ਚੱਕਣਾ ਚਾਹੀਦਾ ਮੇਰੇ ਖਿਆਲ ਨਾਲ ਤੇ ਭਾਰ ਚੱਕਣਾ ਚਾਹੀਦਾ ਜ਼ਿਆਦਾ ਪਰ ਸਮਾਰਟਲੀ ਚੱਕਣਾ ਚਾਹੀਦਾ ਜ਼ਿਆਦਾ ਦੋ ਕੁਆਂਟਲ ਦੀ ਲਾਣੀ ਉਹ ਇੰਜਰੀ ਉਹਨਾਂ ਦੀ ਪ੍ਰੈਕਟਿਸ ਹੈ ਉਹਨਾਂ ਨੇ ਕੁਆਂਟਲ ਤੇ 2 ਕੁਆਂਟਲ ਲਾਏ ਨੇ ਇੱਕ ਇੱਕ ਦੋ ਕਿਲੋ ਵਧਾ ਕੇ ਤੇ ਮੈਂ ਜੇ ਕੁਆਂਟਲ ਤੋਂ ਸਿੱਧੀ ਜੰਪ ਮਾਰਦਾ 2 ਕੁਆਂਟਲ ਤੇ ਮੇਰੇ ਫਿਰ ਇੰਜਰੀ ਹੋ ਗਈ ਇੱਕ ਕੱਲਾ ਉਹ ਨੀ ਹੁੰਦਾ ਕਿ ਸਾਡੇ ਚ ਜ਼ੋਰ ਇੱਕ ਤੁਹਾਡੀ ਬੋਡੀ ਨੂੰ ਵੀ ਉਹ ਚੀਜ਼ ਝੱਲਣ ਦੀ ਆਦਤ ਹੋਣੀ ਚਾਹੀਦੀ ਇੰਨਾ ਜ਼ਿਆਦਾ ਭਾਰ ਹੈ ਰਾਈਟ ਸੋ ਮੇਰੇ ਖਿਆਲ ਤੇ ਆਈ ਹੈ ਕਿ ਸਮਾਰਟਲੀ ਦੇਖੋ ਤੁਸੀਂ ਕਿੰਨਾ ਦੇਖੋ ਕਿਸੇ ਦੇ ਪਿੱਛੇ ਨੀ ਲੱਗਣਾ ਕਦੀ ਵੀ ਹਰ ਇੱਕ ਨੂੰ ਪਤਾ ਹੁੰਦਾ ਕਿ ਮੈਂ ਇੰਨਾ ਕਰ ਸਕਦਾ ਹਾਂ ਪਰ ਇੱਕ ਬੰਦੇ ਸਾਨੂੰ ਲੋੜ ਜ਼ਰੂਰ ਹੁੰਦੀ ਜਿਹੜਾ ਸਾਨੂੰ ਪੁਸ਼ ਕਰੇ ਥੋੜਾ ਜਿਹਾ ਉਹਨੂੰ ਬੰਦੇ ਨੂੰ ਪਤਾ ਨਾ ਚਾਹੀਦਾ ਮੈਂ ਕਿੰਨਾ ਕਿਹਨੂੰ ਪੁਸ਼ ਕਰਨਾ ਕਿ ਇਹਦੀ ਇੰਜਰੀ ਨਾ ਆਏ ਸਹੀ ਬਾਤ ਸੋ ਆਪਾਂ ਦੁਬਾਰਾ ਕੁਐਸਚਨ ਤੇ ਆਉਂਦੇ ਹਾਂ ਜੀ ਚਾਲੀ ਚਰਚਾ ਤੇ ਪਿੰਨੀ ਦੀ ਚਰਚਾ ਤੇ ਕੁਐਸਚਨ ਸੀਗਾ ਜੀ ਸ਼ੋਲਡਰ ਪ੍ਰੈਸ ਚ ਕੌਣ ਹੈਵੀ ਲਾਂਦਾ ਹੈ ਇਹ ਤੁਹਾਨੂੰ ਦੋਵਾਂ ਨੂੰ ਦੇਖਿਆ ਬਹੁਤ ਜ਼ਿਆਦਾ ਹੈਵੀ ਲਾਂਦੇ ਇਹਦੇ ਵਿੱਚ ਗਾਣਾ ਲਾ ਵੀ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਇਹਨਾਂ ਨੇ ਸਾਡੇ ਬੱਲੇ ਰਿਕਾਰਡ ਬੋਲਦੇ ਹਾਂਜੀ
जवाब देता गल मोगी समझ नहीं लगी बढ़िया च गल वधिया देखो उन्हें सीरियस नोट कदी भी कोई कंपीटीशन नहीं होना चाहिए ठीक है हूं भाई लाने ने स्क्वाड कि 200 आप भी नहीं लाई दी अपनी जगह पर कदी भी कंपीटीशन लेके ना चलो इस चीज अगला क्वेश्चन बड़ा सीरियस क्वेश्चन है ठीक है जी अगले क्वेश्चन की आप गल करते हैं सो जेड़ा क्वेश्चन ये है जी थॉट इन्हां दा जी एक बहुत वड्डा एक ना थोड़े तो मिला है एक कहिंदे जदों भी विक्की भाई ब्रंट नचदे ने या वीडियो भी पाउंदे ने कल्ले भाई साहब दे वर्कआउट भी पाउंदे ने अगला क्वेश्चन बड़ा कंट्रोवर्सियल है ਲੋਕੀ ਕਹਿੰਦੇ ਨੇ ਕਿ ਐਜ਼ ਅ ਵੈਜੀਟੇਰੀਅਨ ਤੁਸੀਂ ਬੋਡੀ ਨਹੀਂ ਬਣਾ ਸਕਦੇ ਜਾਂ ਬਹੁਤ ਜ਼ਿਆਦਾ ਡਾਊਟ ਹੈ ਅੰਦਰ ਲੋਕਾਂ ਦੇ ਦਿਮਾਗ 'ਚ ਵੀ ਤੁਸੀਂ ਵੈਜੀਟੇਰੀਅਨ ਹੋ ਕੇ ਜਿਮ ਨਹੀਂ ਲਾ ਸਕਦੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਕਹੋ ਦੱਸੋ ਬਾਬੇ ਵੈਜੀਟੇਰੀਅਨ ਹੋ ਕੇ ਬੋਡੀ ਤੇ ਬਣਾ ਸਕਦੇ ਆ ਪਰ ਬੋਡੀ ਬਿਲਡਿੰਗ ਕੰਪੀਟੀਸ਼ਨ ਨਹੀਂ ਖੇਡ ਸਕਦੇ ਕਿਉਂਕਿ ਜਿੱਦਾਂ ਮੰਨ ਲਓ ਹੁਣ ਮੈਂ ਅਬ ਕੇ ਮੈਦਾਨ 'ਚ ਉਤਰਨਾ ਹੋਵੇ ਹਨਾ ਜੇ ਆਪਾਂ ਮੰਨ ਲਓ ਵੀ ਦੌੜ ਲਾਉਣੀ ਹੈ ਹਨਾ ਉੱਥੇ ਕੋਈ ਬੰਦਾ 100 meter ਦੀ ਪ੍ਰੈਕਟਿਸ ਕਰਦਾ ਉਹਨੂੰ ਜੇ 800 ਨਾਲ ਦੜਾ ਦੀ ਨਹੀਂ ਦੌੜ ਜਾਊਗਾ ਸਟੈਮਿਨਾ ਹਨਾ ਹੁਣ ਜਿਹੜੇ ਬੰਦੇ ਅੱਗੇ ਖਲੋਤੇ ਹੋਣੇ ਆ ਉਹਨਾਂ ਨੇ ਸਾਰਾ ਕੁਝ ਖਾਧਾ ਪੀਤਾ ਨਾ ਇੱਡੇ ਤਗੜੇ ਤੇ ਦੂਜਿਆਂ ਦੇ ਮਕਾਨ ਹੀ ਟਾਉਣਾ ਵੀ ਇਹ ਕਿੱਦੋਂ ਚੜੇ ਵੀ ਇਹ ਕੀ ਗੱਲ ਆ ਇਹ ਗੱਲ ਬਾਕੀ ਗੱਲਾਂ ਬੋਡੀ ਬਣ ਜਾਂਦੀ ਹੈ ਬਾਕੀ ਗੇਮਾਂ ਦਾ ਤਾਂ ਮੈਨੂੰ ਪਤਾ ਨਹੀਂ ਦੇਖੋ ਹੁਣ ਬੋਡੀ ਬਿਲਡਿੰਗ 'ਚ ਸਾਡੇ ਕੋਲ ਹੈ ਵੀ ਵਰਿੰਦਰ ਕੁਮਾਰ ਠੀਕ ਹੈ ਜੇ ਆਪਾਂ ਇਹ ਕੀਤੀ ਵੈਸਟਰਨ ਹੋ ਕੇ ਬੋਡੀ ਬਿਲਡਿੰਗ ਕੀਤੀ ਪਰ ਮੇਰਾ ਪਰਸਨਲ ਐਕਸਪੀਰੀਅੰਸ ਇਹ ਕਹਿੰਦਾ ਹੈ ਕਿ ਮੈਨੂੰ ਲੱਗਦਾ ਕਿ ਤੁਸੀਂ ਉਨੇ ਰਿਪਟ ਨਹੀਂ ਹੋ ਸਕਦੇ ਜਿੰਨਾ ਇੱਕ ਜਿੱਦਾਂ ਹੁਣ ਆਪਾਂ ਕੀ ਪ੍ਰੋਟੀਨ ਸੋਰਸ ਕੀ ਰੱਖ ਲਾਂਗੇ ਪ੍ਰੋਟੀਨ ਸ਼ੇਕ ਲੀਨ ਸੋਰਸ ਹੀ ਰਹੂਗਾ ਜਦੋਂ ਆਪਾਂ ਬਿਲਕੁਲ ਅਖੀਰਲੇ 2-3 ਹਫ਼ਤੇ ਰਹਿੰਦੇ ਨੇ ਜਦੋਂ ਆਪਾਂ ਮੋਸਟਲੀ ਬਹੁਤ ਘੱਟ ਕਾਰਬ ਖਾਈਦੇ ਠੀਕ ਹੈ ਨਾ ਉਦੋਂ ਆਪਾਂ ਕੀ ਓਕੇ ਲੋਡਿੰਗ ਕਿੱਦਾਂ ਕਰਾਂਗੇ ਵਿਦ ਕਿਹੜੀ ਪ੍ਰੋਟੀਨ ਵਿੱਚ ਐਡ ਕਰਾਂਗੇ ਕਿ ਲੋਡਿੰਗ ਕਰਾਂਗੇ ਫਾਈਬਰ ਥੋੜਾ ਲਾਂਗੇ ਉਦੋਂ ਉਹ ਤਾਂ ਸਾਨੂੰ ਕਿੱਦਾਂ ਚੀਜ਼ ਨੇ ਇਨਫਲਾਮੇਟਰੀ ਟੈਸਟ ਹੋਈ ਜਾਂ ਕੁਛ ਤੇ ਆਪਾਂ ਕੀ ਖਾਵਾਂਗੇ ਉਦੋਂ ਮਤਲਬ ਚੱਕਰ ਆਇਆ ਨਾ ਮੇਰੇ ਖਿਆਲ ਨਾਲ ਮਚ ਰਿਸਪੈਕਟ ਵਰਿੰਦਰ ਕੁਮਾਰ ਪਾਈ ਜਿਹੜੇ ਕਰਦੇ ਰਹੇ ਨੇ ਜਿਨ੍ਹਾਂ ਨੇ ਕੀਤਾ ਹੁਣ ਵੀ ਵੈਰੀ ਗੁੱਡ ਸ਼ੇਪ ਸਾਰਾ ਕੁਛ ਵਧੀਆ ਪਰ ਮੈਂ ਪਰਸਨਲ ਆਪਣੀ ਬੋਡੀ ਦੇ ਹਿਸਾਬ ਨਾਲ ਕਹਿਣਾ ਪਿਆ ਮੈਨੂੰ ਕਿਸੇ ਦਾ ਕੁਛ ਨਹੀਂ ਪਤਾ ਪਰ ਮੇਰੇ ਖਿਆਲ ਨਾਲ ਐਜ਼ ਅ ਵੈਜੀਟੇਰੀਅਨ ਬੋਡੀ ਬਿਲਡਿੰਗ ਹੋ ਸਕਦੀ ਹੈ ਉਨੇ ਕੀ ਦਾ ਫਰਕ ਰਹਿ ਜਾਏਗਾ ਤਾਂ ਜਿੱਤਾ ਨਹੀਂ ਜਾਣਾ मीट वगैरह ਮੈਂ ਨੀ ਕਹਿੰਦਾ ਕਿ ਮੀਟ ਨਹੀਂ ਖਾਣਾ ਚਾਹੀਦਾ ਜਾਂ ਖਾਣਾ ਚਾਹੀਦਾ ਜੋ ਕਹਿੰਦਾ ਮਨ ਕਰਦਾ ਮਨ ਕਰੋ ਸਾਨੂੰ ਕਿਸੇ ਨਾ ਕੋਈ ਲੈਣਾ ਦੇਣਾ ਨਹੀਂ ਆਇਆ ਨਾ ਤੁਸੀਂ ਮੇਰੇ ਕੋਈ ਪੁੱਛ ਸਕਦੇ ਹੋ ਕਿ ਮੈਂ ਖਾਣਾ ਕਿ ਨਹੀਂ ਖਾਂਦਾ ਤੇ ਨਾ ਹੀ ਜੇ ਤੁਸੀਂ ਕਹੋਗੇ ਤੂੰ ਕਿਉਂ ਖਾਣਾ ਮੇਰੀ ਮਰਜ਼ੀ ਮੈਂ ਖਾਣਾ ਮੈਂ ਨਹੀਂ ਖਾਂਦਾ ਮੇਰੀ ਮਰਜ਼ੀ ਮੈਂ ਨਹੀਂ ਖਾਂਦਾ ਮੈਂ ਕਿਸੇ ਨੂੰ ਕੋਈ ਜਵਾਬ ਦਾਂਗੇ ਰੱਬ ਨੂੰ ਜਦੋਂ ਮੌਕਾ ਮਿਲੇਗਾ ਜਵਾਬ ਨਹੀਂ ਦੇਣਾ ਕਿਸੇ ਨੂੰ ਅਗਲਾ ਕੁਸ਼ਚਨ ਕੀ ਸੀਗਾ ਅਗਲਾ ਕੁਸ਼ਚਨ ਇਹ ਸੀਗਾ ਮਸਲ ਬਿਲਡਿੰਗ ਲਈ ਬੈਸਟ ਕਾਰਬ ਸੋਰਸ ਕਿਹੜਾ ਤੁਹਾਡੇ ਦੋਵਾਂ ਦੇ ਅਕੋਰਡਿੰਗ ਸਭ ਤੋਂ ਜਿਹੜਾ ਤੁਸੀਂ ਯੂਜ਼ ਕਰਦੇ ਹੋ ਬਰਾਊਨ ਰਾਈਸ ਤੇ ਵਾਈਟ ਰਾਈਸ ਜਿਹੜਾ ਮੈਨੂੰ ਖਾਣਾ ਪਸੰਦ ਹੈ ਰਾਈਸ ਪਰ ਮੈਂ ਖਾਣਾ ਸਵੀਟ ਪੋਟੇਟੋ ਜਾਂ ਪੋਟੇਟੋ
ਕਿਉਂਕਿ ਉੱਚ ਕੈਲਰੀ ਘੱਟ ਹੁੰਦੀ ਤੇ ਮੈਂ ਜ਼ਿਆਦਾ ਖਾ ਸਕਦਾ। ਠੀਕ ਹੈ ਜੀ। ਹਾਂਜੀ, ਤੁਸੀਂ ਕਿਹੜਾ ਕਾਪ ਸੋਸ ਤੁਹਾਨੂੰ ਜ਼ਿਆਦਾ ਪਸੰਦ ਆ? ਬਈ ਸਾਡੇ ਕੋਚ ਹੀ ਬੈਠੇ ਨਾਲ ਅਸੀਂ ਦਵਾਈ ਟਰਾਈ ਸੀ ਖਾਈਦੇ। ਨਹੀਂ ਇਹ ਝੂਠਾ ਹੈ, ਪਿਆਜੀ ਕੁੱਤੇ ਚੱਲਦੇ ਰਹੇ ਅੱਜ। ਉਹਦਾ ਜਵਾਬ ਦੇਵਾਂਗੇ ਇਹਨਾਂ ਥੋੜਾ। ਉਹ ਇੱਕ ਤਰੀਕਾ ਹੁੰਦਾ ਜੀ। ਓਕੇ, ਮੈਂ ਤੁਹਾਨੂੰ ਦੱਸਦਾ ਸ਼ੇਅਰ ਰਾਈਸ ਵਾਈਟ ਤੇ ਬ੍ਰਾਊਨ। ਅੱਛਾ ਜੀ। ਜਾਂ ਪੁੱਛਦੇ ਨਾ, ਮੈਂ ਤੁਹਾਨੂੰ ਦੱਸਦਾ ਤੁਹਾਡੇ ਲਈ ਬੈਸਟ ਕਾਰਪ ਸੋਸ ਕਿਹੜਾ, ਮੈਂ ਤੁਹਾਨੂੰ ਦੱਸਦਾ ਇਹ ਤੁਹਾਡੇ ਲਈ ਕਿਹੜਾ। ਇਹ ਜ਼ਰੂਰੀ ਜੋ ਤੁਹਾਨੂੰ ਐਡਜਸਟ ਹੋ ਜਾਂਦਾ, ਕਿਹ ਦੀ ਸੁਣਨ ਦੀ ਲੋੜ ਨਹੀਂ ਹੈਗੀ। ਮੈਨੂੰ ਪਿੱਛੇ ਤਾਂ ਪੈਰੀ ਗੁਲਜੇ ਹੋ ਜਾਂਦੇ, ਮੈਂ ਖਾ ਲੈਣਾ, ਤੁਸੀਂ ਨਾ ਖਾਇਓ। ਨਾ ਖਾਇਓ ਜੀ, ਦੇਖੋ ਮੈਂ ਖਾ ਕੇ ਕੱਢਨੇ ਵੀ ਹੁੰਦੇ ਨੇ। ਮੈਂ ਲਾਣੀ ਆ 5-5, 6-6 ਬੰਦੇ ਡੈਡ ਲਿਫਟ। ਬਾਬਾ ਜੀ ਮੇਰਾ ਤੇ ਜਿਹੜਾ ਉਸਤਾਦ ਜਿਹੜਾ ਵਰਕਆਊਟ ਭੇਜਦਾ ਨਾ, ਮੇਰੇ ਪੇਟ ਚੱਕਰ ਵੀ ਆ ਜਾਂਦੇ। ਮੈਨੂੰ ਕਹਿੰਦਾ ਭਰਾ ਥੋੜਾ ਘੱਟ ਕਰ। ਔਖੇ ਸਾਰੇ ਹੁੰਦੇ ਨੇ ਵਰਕਆਊਟ, ਸਾਰਾ ਹੀ ਔਖਾ ਵਰਕਆਊਟ। ਲੋਕੀ ਕਹਿੰਦੇ ਮੈਂ 2-2 ਘੰਟੇ, ਅੱਧਾ ਘੰਟਾ ਸਾਡੇ ਕੋਲ ਛੱਡੋ, ਉਹਦੇ ਕਰਨ ਨੂੰ ਨਾ ਕਰਤਾ ਜਾ ਜੇ ਤੀਜੇ ਸਾਲ ਤੱਕ ਪਹੁੰਚੇ। ਤੁਹਾਨੂੰ ਭਾਰਤ ਦੇਖ ਲਿਆ, ਤੁਹਾਨੂੰ ਬੋਡੀ ਬਿਲਡਿੰਗ ਕਰਦੇ ਦੇਖ ਲਿਆ, ਇਨੀਸ਼ਲੀ ਲੋਕੀ ਬਹੁਤ ਜਲਦੀ ਲੈਣਾ ਸ਼ੁਰੂ ਕਰ ਦਿੰਦੇ ਨੇ ਜਿਹਨਾਂ ਨੇ ਬੋਡੀ ਬਿਲਡਿੰਗ ਕਰਨੀ ਵੀ ਨੀ। ਸੋ ਕੀ ਉਹਨਾਂ ਨੂੰ ਸਟੀਰੋਇਡ ਲੈਣੇ ਚਾਹੀਦੇ ਨੇ ਵੀ ਜਿਹਨਾਂ ਨੇ ਸਿਰਫ ਔਰ ਸਿਰਫ ਇੱਕ ਸ਼ੌਂਕੀ ਆਪਣੀ ਬੋਡੀ ਬਣਾਉਣੀ? ਨਹੀਂ ਲੈਣੇ ਚਾਹੀਦੇ। ਹਰ ਚੀਜ਼ ਦਾ ਨਾ ਨੁਕਸਾਨ ਹੁੰਦਾ, ਜਿਹੜੀ ਆਪਾਂ ਚੀਜ਼ਾਂ ਇਹਦੇ ਨੁਕਸਾਨ ਬਿਨਾਂ ਮਤਲਬ ਸਰੀਰ ਦੇ ਅੰਦਰ ਕੋਈ ਚੀਜ਼ ਪਾਈ ਜਾਵਾਂਗੇ, ਕਿਉਂਕਿ ਮੈਂ ਪਿੰਨੀਆਂ ਖਾਈ ਜਾਵਾਂਗਾ ਇਹਦਾ ਵੀ ਨੁਕਸਾਨ ਨਹੀਂ ਹੈਗਾ, ਮੈਂ ਚਾਹੀ ਪੀ ਜਾਵਾਂਗਾ ਦਿਨ 'ਚ ਤਾਂ 10-15 ਕੱਪ, ਇਹਦਾ ਵੀ ਨੁਕਸਾਨ ਹੈ ਹੈਗਾ। ਮੈਂ 10-15 ਲੀਟਰ ਪਾਣੀ ਪੀ ਜਾਵਾਂਗਾ, ਉਹਦਾ ਵੀ ਨੁਕਸਾਨ ਹੈ। ਠੀਕ ਹੈ ਨਾ, ਕੰਮ ਉਹ ਕਰੋ ਜਿਹਦੀ ਲੋੜ ਹੈ, ਜਿੰਨੀ ਕੁ ਲੋੜ ਹੈ। ਸਰੀਰ 'ਚ ਸਟੀਰੋਇਡ ਦੀ ਲੋੜ ਹੈ? ਨਹੀਂ ਹੈ। ਸਰੀਰ 'ਚ ਲੋੜ ਹੈ ਸਟੀਰੋਇਡ ਦੀ? ਜਿੰਨੇ ਕੁ ਚਾਹੀਦੇ ਪਰਮਾਤਮਾ ਨੇ ਅੰਦਰ ਚੀਜ਼ ਪਾਈ। ਉਹ ਦੇਖੋ ਉਹਨ ਕਹਿੰਦੇ ਨੇ ਮੇਰੇ ਟੈਸਟੋਸਟੇਰੋਨ ਘੱਟ ਗਏ, ਮੈਂ ਟੈਸਟ ਬੂਸਟਰ ਲੈਣਾ, ਮੈਂ ਆਹ ਲੈ ਲਾ। ਓਕੇ, ਘਟੇਗਾ ਤੂੰ ਪਹਿਲੇ ਉਹ ਤੇ ਦੇਖੋ, ਤੁਸੀਂ ਆ ਕੇ ਮੇਰੇ ਘੱਟ ਗਏ, ਓਕੇ ਹੁਣ ਮੈਂ ਲੈ ਲਾ, ਰੀਜ਼ਨ ਕੀ ਘਟਣ ਦਾ? ਉਹ ਕਦੇ ਫਿਗਰ ਆਊਟ ਕੀਤਾ ਕਿਸੇ ਨੇ? ਕਦੇ ਕਿਸੇ ਨੇ ਆ ਪੁੱਛਿਆ ਕਿ ਭਾਜੀ ਮੇਰੇ ਟੈਸਟੋਸਟੇਰੋਨ ਘਟੇ ਨੇ, ਆ ਕਿਉਂ ਹੋ ਸਕਦਾ? ਵਜ੍ਹਾ ਕੋਈ ਨੀ ਪੁੱਛਦਾ, ਕੋਈ ਨੀ ਪੁੱਛਦਾ। ਭਾਜੀ ਮੈਂ ਟੈਸਟ ਬੂਸਟਰ ਲਿਆਣਾ, ਮੈਂ ਸ਼ਿਲਾ ਜੀ ਤੇ ਖਾਣਾ, ਮੈਂ ਅਸ਼ਵਗਨ ਦਾ ਖਾਣਾ, ਸੱਚੀ ਚ ਮੈਂ ਟੈਸਟੋਸਟੇਰੋਨ ਨਹੀਂ ਲੈਣਾ। ਪਰ ਰੀਜ਼ਨ ਕੀ ਹੈ ਬ੍ਰੋ? ਕਦੀ ਆਏ ਤੇ ਪੁੱਛੋ। ਇਹ ਜਾਓ ਬੈਕ ਸਟੋਰੀ ਜ਼ਰੂਰੀ ਹੈ ਹਨਾ, ਰੀਜ਼ਨ ਇਹ ਨਹੀਂ ਦਾਲ ਚੌਲ ਖਾ ਲਈ। ਨਹੀਂ ਰੀਜ਼ਨ ਦੇਖੋ, ਰੀਜ਼ਨ ਹਰ ਬੰਦਾ ਤਰ ਮੈਂ ਦੱਸਣਾ, ਮੇਰੇ ਖਿਆਲ ਨਾਲ ਰੀਜ਼ਨ ਕੀ ਨੇ? ਕੁਦਰਤ ਤੋਂ ਦੂਰ ਰਹਿਣਾ, ਸਨਲਾਈਟ ਚ ਨਹੀਂ ਜਾਣਾ, ਠੀਕ ਹੈ। ਚਲੋ ਜਿੰਨਾ ਦੇ ਤੇ ਜੋਬ ਹੈ ਉਹਨਾਂ ਦੀ ਗੱਲ ਹੋਰ ਹੈ, ਪਰ ਜਿਹੜੇ ਨਹੀਂ, ਪਰ ਰਾਤੀ ਜਾਗਣਾ, ਦਿਨੇ ਸੋਣਾ, ਠੀਕ ਹੈ। ਆਪਣੀ ਵਰਕਆਊਟ ਨਾ ਕਰਨਾ, ਬੈਠੇ ਰਹਿਣਾ, ਗਲਤ ਡਾਇਟ ਖਾਣਾ, ਇਹ ਸਾਰੇ ਲੋਕ ਕਰਨਗੇ ਤੁਹਾਡੇ ਟੈਸਟ। ਓਬਵੀਅਸਲੀ ਤੁਹਾਡੇ ਫੈਟ ਇਨਕਰੀਜ਼ ਹੋਏਗੀ, ਤੁਹਾਨੂੰ ਵਿਟਾਮਿਨ ਡੀ ਨਹੀਂ ਮਿਲਣ ਰਿਹਾ, ਇਹ ਸਾਰੀਆਂ ਚੀਜ਼ਾਂ। ਤੁਸੀਂ ਸੂਰਜ 'ਚ ਬਾਹਰ ਨਹੀਂ ਜਾਂਦੇ, ਤੁਹਾਨੂੰ ਮੈਲਾਟੋਨਿਨ ਨਹੀਂ ਮਿਲ ਰਹੇ, ਤੁਹਾਨੂੰ ਨੀਂਦ ਨਹੀਂ ਆਉਣੀ ਰਾਤੀ। ਸਟ੍ਰੈਸ ਸਭ ਤੋਂ ਵੱਡਾ ਰੀਜ਼ਨ, ਸਟ੍ਰੈਸ ਤੁਹਾਡੇ ਟੈਸਟੋਸਟੇਰੋਨ ਲੋਨ ਜਿਹਦੇ ਲੋਨ ਸਭ ਤੋਂ ਵੱਡਾ ਰੀਜ਼ਨ ਹੀ ਹੋਏ ਤੇ ਕਰਦੇ ਕੀ ਪਏ ਨੇ? ਦੁਨੀਆ 'ਚ ਸਟ੍ਰੈਸ ਹੀ ਵੰਡੀ ਜਾਂਦੀ ਪਈ ਸਾਰੇ ਪਾਸਿਓਂ। ਟੀ ਵੀ ਸਟ੍ਰੈਸ, ਉਹ ਪੈਲੇਸਟੀਨ 'ਤੇ ਆ ਹੋ ਗਿਆ ਤੇ ਉੱਥੇ ਆ ਕੇ ਸਟ੍ਰੈਸ, ਫੋਨ ਸਟ੍ਰੈਸ, ਉਹ ਉਹਨੂੰ ਇੰਨੇ ਲਾਈਕ ਮਿਲ ਕੇ ਮੈਨੂੰ ਨਹੀਂ ਮਿਲੇ, ਮੇਰੇ ਲਾਈਕ ਘੱਟ ਗਏ। ਬਾਬੇ ਸੱਚ ਹੈ, ਸੱਚ ਹੈ ਨਹੀਂ ਬਾਬਾ, ਇਹ ਸੱਚ ਨਹੀਂ ਜਾਂਦੀ ਆ, ਵੀਡੀਓ ਨਹੀਂ ਚੱਲੇ। ਸਾਰੇ ਤੁਹਾਡੇ ਵਿਟਾਮਿਨ ਡ੍ਰੌਪ ਹੋ ਜਾਂਦੇ, ਅਸਲ ਮੁੱਦੇ ਤੇ ਕੋਈ ਗੱਲ ਹੀ ਨੀ ਨਾ ਕਰਦਾ। ਹਾਂਜੀ, ਉਹ ਅਗਰ ਬੰਦਾ ਤਾਂ ਖੁਸ਼ ਹੋ ਜਾਂਦਾ, ਕੋਚ ਤੈਨੂੰ ਲੋੜ ਹੈ ਮੇਰੀ, ਇਹਨੂੰ ਮੈਂ ਹੋਰ ਡਰਾਵਾਂ, ਬੰਦਾ ਉਹਦੀ ਨਾਲ ਪੈਸੇ ਕੱਢ ਲਈ, ਇਹਨੂੰ ਮੈਂ ਹੋਰ ਡਰਾਵਾਂ ਦੇਣਾ ਹੋਰ ਕਰਾਂ। ਬ੍ਰੋ ਲੋ, ਅੱਜ ਇੱਕ ਆਈ ਭੈਣ, ਉਹਨੂੰ ਲੋੜ ਸੀ ਟ੍ਰੇਨਿੰਗ ਵਗੈਰਾ ਦੀ, ਤੇ ਜਿਹੜੀ ਉਹਦੀ ਰਿਕੁਆਇਰਮੈਂਟ ਸੀ ਮੈਂ ਨਹੀਂ ਪੂਰੀ ਕਰ, ਮੈਨੂੰ ਪਤਾ ਮੇਰੇ ਕੋਲ ਨਹੀਂ ਹੈਗੀ ਉਹ ਚੀਜ਼ ਵਾਸਤੇ, ਮੈਨੂੰ ਪਤਾ ਕਿ ਉਹਦਾ ਸਪੈਸ਼ਲਿਸਟ ਕੌਣ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ, ਮੈਂ ਕਿਹਾ ਮੈਂ ਤੈਨੂੰ ਉਹਦਾ ਨੰਬਰ ਦਿੰਦਾ ਤੇ ਮੈਂ ਉਹਦੇ ਨਾਲ ਕਰੀ। ਉਹ ਜਿਹੜੇ ਆਪਾਂ ਤੇਰੇ ਜਿੰਮ ਵੀ ਗਏ ਸੀ, ਮੁੰਡਾ ਆਇਆ, ਮੈਨੂੰ ਪਤਾ ਮੈਂ ਤੈਨੂੰ ਇੱਦਾਂ ਹੁਣੇ ਪੈਸੇ ਕਢਾ ਲਾ। ਸਹੀ ਗੱਲ ਹੈ, ਜਿੰਨੇ ਉਹਨੇ ਮੈਨੂੰ ਤੇਰੇ ਤੇਰੇ ਕੋਲ ਤੇਰੇ ਕੋਲ ਰਹਿ ਕੇ ਤੇਰੇ ਕੋਲ 1-on-1 ਟ੍ਰੇਨਿੰਗ ਵੀ ਲਏਗਾ ਤੇ ਤੂੰ ਉਹਨੂੰ ਡਾਇਟ ਵੀ ਦੇਗਾ, ਮੈਂ ਤੁਹਾਨੂੰ ਰੋਜ਼ ਦੇਖੇਗਾ, ਰਾਈਟ? ਠੀਕ ਹੈ ਨਾ, ਇਹ ਰਾਈਟ ਬੋਡੀ ਬਿਲਡਰ ਬਣਾ ਦੇਗਾ। ਕੋਚਿਸ ਦਾ ਕੰਮ ਹੋ ਗਿਆ ਅੱਜ ਕੱਲ੍ਹ ਡਰਾਉਣ ਵਾਲਾ,
ਅਗਰ ਮੈਂ ਡਰਿਆ ਤਾਂ ਪੈਸੇ ਡਾ ਲਓ ਨਾਲ ਨਾਲ ਸਾਰੀ ਗੱਲ ਆਉਂਦੀ ਪੈਸੇ ਤੇ ਮਾਇਆ ਮੋਣੀ ਹਾਂ ਤੇ ਉਹ ਇਹਨਾਂ ਕਿ ਉਹ ਕੋਚ ਕੋ ਜਾਓ ਜਿਹੜਾ ਤੁਹਾਨੂੰ ਸਹੀ ਹੱਲ ਦੇਵੇ ਜੇ ਨਾ ਕਿ ਜਿਹੜਾ ਤੁਹਾਨੂੰ ਕੋਈ ਚੀਜ਼ ਦੇ ਕੇ ਠੀਕ ਕਰ ਦੇ ਮੇਰਾ ਸਿਰ ਦਰਦ ਹੁੰਦਾ ਅਫੜ ਗੋਲੀ ਗੋਲੀ ਨੀ ਮੈਨੂੰ ਦੱਸਦੀ ਗੱਲ ਇਹ ਵੀ ਗੁਰੂ ਧਾਰਨਾ ਹੁੰਦਾ ਉਹਦੀ ਪ੍ਰੀਖਿਆ ਹੁੰਦੀ ਕਿਉਂਕਿ ਜੇ ਇੱਕ ਵਾਰੀ ਤੁਸੀਂ ਜਿਹਨੂੰ ਗੁਰੂ ਧਾਰ ਲਿਆ ਫਿਰ ਗੁਰੂ ਥੋੜਾ ਬਦਲੀ ਜਾਣੇ ਜੇ ਤੁਹਾਨੂੰ ਪਹਿਲੋਂ ਪ੍ਰੀਖਿਆ ਉਹ ਸੱਚਾ ਆ ਫਿਰ ਆਪਣੇ ਆਪ ਸੌਂਪ ਦੋ ਕਿ ਹਾਂ ਵੀ ਕਰ ਦੋ ਹਾਂਜੀ ਸੋ ਸਵਾਲ ਇਹ ਹੈ ਜੀ ਅਸੀਂ ਸਾਰੇ ਫਿਟਨੈਸ ਵਿੱਚ ਹੀ ਆ ਚਾਹੇ ਤੁਸੀਂ ਬੋਡੀ ਬਿਲਡਿੰਗ ਚ ਹੋ ਚਾਹੇ ਤੁਸੀਂ ਬੋਡੀ ਬਿਲਡਿੰਗ ਚ ਚਾਹੇ ਤੁਸੀਂ ਪਾਵਰ ਲਿਫਟਿੰਗ ਚ ਹੋ ਚਾਹੇ ਮੈਂ ਕ੍ਰੋਸਫਿਟ ਕਰ ਰਿਹਾ ਸੋ ਫਿਟਨੈਸ ਦੀ ਡੈਫੀਨੇਸ਼ਨ ਤੁਹਾਡੇ ਹਿਸਾਬ ਨਾਲ ਕੀ ਹੈ ਆਪਾਂ ਜਿਹਦਾ ਜ਼ੋਰ ਮਾਰੀ ਦਾ ਮੇਨ ਗੱਲ ਆਪਣੀ ਇਹ ਆ ਵੀ ਆਪਾਂ ਜੋ ਕਰ ਰਹੇ ਹਾਂ ਉਹ ਆਪਣੇ ਧਰਮ ਨੂੰ ਪ੍ਰਮੋਟ ਕਰਨ ਨੇ ਵੀ ਜੇ ਜ਼ੋਰ ਮਾਰਦੇ ਆਪਾਂ ਹੋਰ ਪੁੱਠੇ ਸਿੱਧਾ ਕੰਮ ਤੇ ਕੋਈ ਕਰ ਨਹੀਂ ਸਕਦੇ ਬਾਣਾ ਪਾਇਆ ਵਾ ਗੋਰੇ ਕਾਲੇ ਵਿਹਦੇ ਆ ਉਹ ਪੁੱਛਦੇ ਨੇ ਕੋਈ ਨਾ ਕੋਈ ਮਤਲਬ ਕਿ ਸਿੱਖ ਜੁੜਦਾ ਸਿੱਖੀ ਨਾ ਇਹ ਜ਼ੋਰ ਮਾਰੀ ਉਹਨਾਂ ਨੂੰ ਖੁਸ਼ੀ ਹੁੰਦੀ ਆ ਸਾਨੂੰ ਵੀ ਹੁੰਦੀ ਆ ਨਾ ਜੇ ਕੋਈ ਕਵੇ ਅਸੀਂ ਤੁਹਾਡੀ ਵੀਡੀਓ ਵੇਖੀ ਆ ਜਾਂ ਅਸੀਂ ਸਿੱਖ ਬਣ ਗਏ ਬਣਾਉਣ ਵਾਲਾ ਪਰਮੇਸ਼ਰ ਠੀਕ ਨੀ ਆਪਣੇ ਫਿਟਨੈਸ ਇਸ ਕਰਕੇ ਚਾਹੀਦਾ ਵੀ ਜੇ ਹੁਣ ਜਨਮ ਚ ਆਏ ਆ ਹਾਂ ਤੇ ਗੁਰੂ ਸਾਹਿਬ ਦੀ ਕੋਈ ਉਸਤਤ ਜਾਂ ਮਹਾਰਾਜ ਨਾਲ ਕੋਈ ਜੁੜ ਜੇ ਠੀਕ ਹੈ ਬਾਬਾ ਜੀ ਤੁਹਾਡੇ ਲਈ ਫਿਟਨੈਸ ਕੀ ਹੈ ਬਾਬਾ ਮੇਰੇ ਲਈ ਫਿਟਨੈਸ ਇਹ ਕਿ ਇੱਕ ਬੰਦਾ ਦੇਖੋ ਹਰ ਇੱਕ ਦਾ ਨਾ ਆਪਣਾ ਇੱਕ ਚੀਜ਼ ਨੂੰ ਦੇਖਣ ਦਾ ਨਜ਼ਰੀਆ ਜਿੱਦਾਂ ਹੁਣ ਬਾਬਾ ਜੀ ਕਰਨ ਲੱਗੇ ਨੇ ਜਦੋਂ ਦੇ ਤਿਆਰ ਬਣੇ ਚਾਹੇ ਨੇ ਠੀਕ ਹੈ ਮੈਂ ਕਰਨਾ ਪਿਆ 27 ਦੇ ਹਿਸਾਬ ਤੋਂ ਲਾ ਲਓ ਹਰ ਇੱਕ ਦਾ ਨਾ ਟਾਈਮ ਦੇ ਹਿਸਾਬ ਨਾਲ ਆਪਣਾ ਤਰੀਕਾ ਹੁੰਦਾ ਹਨਾ ਕਿਹੜੇ ਟਾਈਮ ਤੁਸੀਂ ਕਿਹੜੀ ਚੀਜ਼ ਚ ਪਏ ਹੋ ਇੱਕ ਬੱਚਾ ਜਿਹੜਾ ਸ਼ੁਰੂ ਤੋਂ ਹੀ ਸਿੱਖੀ ਚ ਪਏ ਆ ਉਹਦੀ ਸੋਚ ਵੱਖਰੀ ਹੋਣੀ ਬਾਬੇ ਦੀ ਸੋਚ ਵੱਖਰੀ ਮੈਂਟਲੀ ਫਿੱਟ ਹੈ ਫਿਜ਼ੀਕਲੀ ਫਿੱਟ ਹੈ ਤੇ ਇਮੋਸ਼ਨਲੀ ਫਿੱਟ ਹੈ ਉਹ ਬੰਦਾ ਫਿੱਟ ਹੈ ਮੇਰੇ ਲਈ ਮਤਲਬ ਕਿ ਕੋਈ ਗਲਤ ਨਹੀਂ ਹੈ ਇੱਥੇ ਕੋਈ ਕੰਟਰੋਵਰਸ਼ਲ ਆਪਾਂ ਗੱਲ ਨਹੀਂ ਹੈਗੀ ਨਹੀਂ ਗੱਲ ਸੱਚੀ ਹੈ ਹਨਾ ਹਰ ਇੱਕ ਦੀ ਆਪਣੀ ਆਪਣੀ ਆਉਂਦੀ ਉਹ ਉਹਨਾਂ ਦਾ ਗੋਲ ਅਲੱਗ ਹੈ ਚੀਜ਼ ਨੂੰ ਲੈ ਕੇ ਉਹਨਾਂ ਨਜ਼ਰੀਆ ਅਲੱਗ ਹੈ ਮੇਰਾ ਚੀਜ਼ ਨੂੰ ਲੈ ਕੇ ਨਜ਼ਰੀਆ ਅਲੱਗ ਹੈ ਸੋ ਮੇਰੇ ਲਈ ਇੱਕ ਬੰਦੇ ਨੂੰ ਫਿਜ਼ੀਕਲੀ ਫਿੱਟ ਹੋਣਾ ਵੀ ਬੜਾ ਜ਼ਰੂਰੀ ਹੈ ਮੈਂਟਲੀ ਫਿੱਟ ਹੋਣਾ ਵੀ ਬੜਾ ਜ਼ਰੂਰੀ ਹੈ ਤੇ ਉਹਨੂੰ ਇਮੋਸ਼ਨਸ ਦੇ ਕੰਟਰੋਲ ਵੀ ਕਰਨੇ ਬੜੇ ਜ਼ਰੂਰੀ ਨੇ ਇਮੋਸ਼ਨਸ ਦਾ ਕੰਟਰੋਲ ਹੈ ਨਹੀਂ ਕਿ ਮੈਂ ਕਹਿੰਦਾ ਪਿਆ ਕਿ ਰੋਣਾ ਨਹੀਂ ਖੁਸ਼ੀ ਵਾਲੇ ਜ਼ਿਆਦਾ ਖੁਸ਼ ਨਹੀਂ ਹੋਣਾ ਤੇ ਦੁਖੀ ਵਾਲੇ ਜ਼ਿਆਦਾ ਦੁਖੀ ਨਹੀਂ ਹੋਣਾ ਉੱਥੇ ਰਹਿਣਾ ਮੈਂਟਲ ਲੈਵਲ ਇੱਕ ਪੀਸ ਸਾਰਾ ਹਰ ਪਾਸੇ ਤੁਹਾਨੂੰ ਇੱਕ ਲੈਵਲ ਬਣਾ ਕੇ ਰੱਖਣਾ ਪੈਣਾ ਉਹ ਹੁੰਦੀ ਫਿਟਨੈਸ ਤੇ ਹੋਣਾ ਦਾ ਜੇ ਤੁਸੀਂ ਗੁਰਬਾਣੀ ਪੜੋਗੇ ਗੁਰਬਾਣੀ ਨਹੀਂ ਪੜੀ ਸਿਮਰਨ ਨਹੀਂ ਕੀਤਾ ਸੇਵਾ ਨਹੀਂ ਕੀਤੀ ਤੇ ਮਨ ਦੀ ਜਿਹੜੀ ਚੰਚਲਤਾ ਨਹੀਂ ਮੁੱਕਦੀ ਮੈਂ ਤੁਹਾਨੂੰ ਸੱਚ ਦੱਸਦਾ ਸੱਚ ਸਿੱਖੀ ਨੇ ਮੈਨੂੰ ਬੋਡੀ ਬਿਲਡਿੰਗ ਜਾਂ ਫਿਰ ਮੈਂ ਹੋਰ ਕਿਤੇ ਨਾ ਜੇ ਮੈਂ ਕਰਦਾ ਹੁੰਦਾ ਮੈਨੂੰ ਮੈਂ ਜਿਹੜੀ ਚੀਜ਼ ਸੁਣੀ ਪੜੀ ਮੈਂ ਉਹਦੀ ਗੱਲ ਕਰਾਂਗਾ ਜੇ ਮੈਂ ਕੁਰਾਨ ਤੇ ਕੁਛ ਕਰਦਾ ਤਾਂ ਫਿਰ ਮੈਂ ਉਹਦੀ ਐਗਜ਼ਾਮਪਲ ਦਿੰਦਾ ਔਰ ਮੈਂ ਪੜੀ ਨਹੀਂ ਮੈਂ ਉਹਦੀ ਐਗਜ਼ਾਮਪਲ ਦੇ ਹੀ ਨਹੀਂ ਸਕਦਾ ਜਿਹੜੀ ਚੀਜ਼ ਮੈਂ ਵੀ ਨਹੀਂ ਪੜਿਆ ਜਿੰਨਾ ਕੁ ਸੁਣਿਆ ਪੜਿਆ ਜਿੰਨਾ ਕੁ ਆਹ ਸਿੱਖੀ ਨੇ ਮੇਰੀ ਬੋਡੀ ਬਿਲਡਿੰਗ ਚ ਬਹੁਤ ਜ਼ਿਆਦਾ ਮਦਦ ਕੀਤੀ ਮੈਂ ਦੱਸ ਵੀ ਨਹੀਂ ਸਕਦਾ ਤੇ ਬੋਡੀ ਬਿਲਡਿੰਗ ਨੇ ਮੇਰੀ ਸਿੱਖੀ ਚ ਬੜੀ ਜ਼ਿਆਦਾ ਮਦਦ ਕੀਤੀ ਮੈਂ ਵੀ ਨਹੀਂ ਦੱਸ ਸਕਦਾ ਮੇਰਾ ਖਾਣ ਤੇ ਪਰਹੇਜ਼ ਮੇਰਾ ਬਾਹਰ ਜਾਣ ਤੇ ਪਰਹੇਜ਼ ਆ ਸਾਰਾ ਮੈਨੂੰ ਬੋਡੀ ਬਿਲਡਿੰਗ ਨੇ ਦਿੱਤਾ ਉਹ ਮੈਂ ਇੱਧਰ ਮੇਰੀ ਯੂਜ਼ ਹੁੰਦੀ ਪਈ ਆਟੋਮੈਟਿਕਲੀ ਮੇਰੇ ਕੋਲ ਤਿਆਰ ਹੈ ਕਿ ਚੀਜ਼ ਕੀਤੀ ਪਈ ਜਿਹੜੀ ਮੈਂ ਇੱਧਰ ਯੂਜ਼ ਕਰ ਪਾਉਂਦਾ ਡਿਸਿਪਲਿਨ ਆਲਰੇਡੀ ਬਣ ਗਿਆ ਡਿਸਿਪਲਿਨ ਕਿ ਸਵੇਰੇ ਉੱਠਣਾ ਆ ਕਰਨਾ ਉਹ ਮੈਂ ਇੱਧਰ ਯੂਜ਼ ਕਰਨਾ ਪਿਆ ਫਿਰ ਸਿੱਖੀ ਵਾਲੀ ਕਈ ਤਰ੍ਹਾਂ ਦੀਆਂ ਚੀਜ਼ਾਂ ਹੈ ਜਿਹੜੀ ਮੈਂ ਬੋਡੀ ਬਿਲਡਿੰਗ ਚ ਯੂਜ਼ ਕਰਨਾ ਪਿਆ ਜਿੱਦਾਂ ਮੈਂ ਐਗਜ਼ਾਮਪਲ ਦਿੱਤੀ ਸੀ ਲੜਾਈ ਵਾਲੀ ਯੁੱਧ ਵਾਲੀ ਉਹ ਕਦੀ ਮੈਂ ਜ਼ੋਨ ਚ ਆ ਹੀ ਨਹੀਂ ਪਾਇਆ ਉਹ ਹੁਣ ਜ਼ੋਨ ਚ ਆਇਆ ਉਦਾਂ ਦੇ ਹੋਰ ਬੜੇ ਐਗਜ਼ਾਮਪਲ ਜਿਹੜੇ ਮੈਂ ਤੁਹਾਨੂੰ ਦੇ ਸਕਦਾ ਸੋ ਦੋਵੇਂ ਚੀਜ਼ਾਂ ਮੈਨੂੰ ਮਦਦ ਦਿੰਦੇ ਦੋਵੇਂ ਇਕੱਠੀਆਂ ਚੱਲਦੀਆਂ ਤੇ ਮੈਂ ਬੜਾ ਸੱਚੀ ਇਸ ਟਾਈਮ ਮੇਰਾ ਗੋਲਡਨ ਟਾਈਮ ਚੱਲਣ ਡਿਆ ਚੀਜ਼ਾਂ ਦਾ ਕਿਉਂਕਿ ਮੈਂ ਬੋਡੀ ਬਿਲਡਿੰਗ ਵੀ ਕਰਨੀ ਤੇ ਮੈਂ ਵੀ ਸਿੱਖਣਾ ਪਿਆ ਦੋਵੇਂ ਪਾਸੇ ਸਿੱਖਣਾ ਇਹ ਆ ਚੀਜ਼ ਇੱਧਰ ਮਦਦ ਕਰੀ ਜਾਣ ਡੀ ਆ ਚੀਜ਼ ਇੱਧਰ ਮਦਦ ਕਰੀ ਜਾਣ ਡੀ ਤੇ ਮੈਂ ਐਵਰੀਡੇ ਸਿੱਖ ਰਿਹਾ ਜਦੋਂ ਗੱਲ ਪਿੰਨੀ ਦੀ ਹੋਏ ਤੇ ਗੱਲ ਤੇ ਜ਼ੋਰ ਤੇ ਆ ਹੀ ਜਾਂਦੀ ਹੈ ਦੇਖੋ ਸੋ ਜ਼ੋਰ ਅਸੀਂ ਤੁਹਾਨੂੰ ਦੋਵਾਂ ਨੂੰ ਬਹੁਤ ਜ਼ਿਆਦਾ ਲਾ ਲੈਂਦੇ ਦੇਖਦੇ ਹਾਂ ਜਿਵੇਂ ਵੀ ਤੁਸੀਂ ਜਦੋਂ ਜਾਂਦੇ ਹੋ ਬਹੁਤ ਜ਼ਿਆਦਾ ਭਾਰ ਚੱਕਦੇ ਹੋ ਤੁਹਾਡੀ ਆਪਣੀ ਮੋਟੀਵੇਸ਼ਨ ਕੀ ਹੈ ਜਿੱਥੋਂ ਤੁਹਾਨੂੰ ਇੰਨੇ ਸਾਲਾਂ ਤੋਂ ਇੱਕ ਮੋਟੀਵੇਸ਼ਨ ਮਿਲ ਰਹੀ ਹੈ ਵੀ ਤੁਸੀਂ ਇੰਨਾ ਭਾਰ ਚੱਕ ਬਾਬਾ ਜੀ ਮੋਟੀਵੇਸ਼ਨ ਦੇ ਸਾਨੂੰ ਮੋਟੀਵੇਸ਼ਨ ਦੀ ਲੋੜ ਨਹੀਂ ਸ਼ਹੀਦ ਸਿੰਘ ਸਦਾ ਨਾਲ ਹੀ ਨੇ ਬਾਣਾ ਮੋਟੀਵੇਸ਼ਨ ਹੈ ਲੋਕਾਂ ਲਈ ਦੇਖੋ ਮੇਰਾ ਇੱਦਾਂ ਕਿ ਜਦੋਂ ਮੈਂ ਜਾਣਾ ਜੇ ਮੈਂ ਕਿਸੇ ਚੀਜ਼ ਨੂੰ ਹੱਥ ਪਾਉਣਾ ਹੁੰਦਾ ਨਾ ਜਿੱਦਾਂ ਬਾਰਬੈਲ ਹੋ ਗਈ ਜਾਂ ਡੰਬਲ ਹੋ ਗਿਆ ਸਪੈਸ਼ਲੀ ਮੈਂ ਭਾਰਾ ਚੱਕਣਾ ਹੁੰਦਾ ਉਦੋਂ ਮੇਰਾ ਇੱਦਾਂ ਹੁੰਦਾ ਕਿ ਮੈਂ ਫੜ ਲਈ ਉਹਨੂੰ ਕਿਰਪਾਨ ਠੀਕ ਹੈ
ਹੁਣ ਮੇਰੇ ਹੱਥ ਉਦੋਂ ਛੁੱਟਣੀ ਜਦੋਂ ਜਾ ਤੇ ਮੇਰਾ ਗੋਲ ਅਚੀਵ ਹੋਇਆ ਤੇ ਮੈਂ ਇੰਨੇ ਕਰਨੇ ਨੇ ਪਰ ਜਦ ਮੈਂ ਨਹੀਂ ਆਉਣੀ ਮੈਂ ਉਸ ਤਰੀਕੇ ਨਾਲ ਤੇ ਮੈਂ ਵੇਟ ਚੱਕਣਾ ਵੀ ਮੈਂ ਜਿਹੜੀ ਰੈਪੀਟੀਸ਼ਨ ਲਾਉਂਦਾ ਨਾ ਉਹ ਮੈਂ ਇਸ ਤਰੀਕੇ ਨਾਲ ਲਾਉਂਦਾ ਕਿ ਇੱਕ ਮੈਂ ਸੁਣਿਆ ਹੈ ਜਿਸ ਪ੍ਰਾਚੀਨ ਪੰਥ ਪ੍ਰਕਾਸ਼ ਜਿੱਦਾਂ ਨੇ ਕਥਾ ਸੁਣੀ ਹੈ ਗਿਆਨੀ ਸ਼ੇਰ ਸਿੰਘ ਜੀ ਦੀਆਂ ਬਾਕੀਆਂ ਦੀਆਂ ਉਹ ਕਹਿੰਦੇ ਯੋਧੇ ਨੂੰ ਮਜ਼ਾ ਉਦੋਂ ਹੀ ਆਉਂਦਾ ਜਦੋਂ ਇੱਕ ਵਾਰ ਚ ਅਗਲਾ ਬੰਦਾ ਖਤਮ ਹੋ ਜਾਏ ਦੂਜਾ ਵਾਰ ਕਰਨ ਦੀ ਲੋੜ ਨਾ ਪਏ ਫਿਰ ਉਹ ਹਲਾਲ ਹੋ ਜਾਂਦਾ ਝਟਕਾ ਹੀ ਕਰਨਾ ਇੱਕ ਵਾਰੀ ਦੀ ਤੇ ਮੈਂ ਹਰ ਇੱਕ ਰੈਪ ਇੱਦਾਂ ਹੁੰਦਾ ਕਿ ਮੈਂ ਕਿਰਪਾਨ ਫੜੀ ਤੇ ਹਰ ਇੱਕ ਰੈਪ ਇੰਨਾ ਕੁ ਪਰਫੈਕਟ ਹੋ ਜਾਂਦਾ ਕਿ ਇਹ ਝਟਕਾ ਹੀ ਹੋਇਆ ਹੁਣ ਪ੍ਰੋਪਰ ਇੱਕ ਸ਼ੋਲਡਰ ਲਾਉਣ ਤੇ ਸ਼ੋਲਡਰ ਤੇ ਹੀ ਆਇਆ ਉਹ ਚੈਸਟ ਲਾਉਣ ਤੇ ਚੈਸਟ ਹੀ ਆਇਆ ਉਹ ਤਰੀਕੇ ਨਾਲ ਮੈਂ ਆਪਣੀ ਸੋਚ ਰੱਖ ਕੇ ਤੇ ਡੰਬਲ ਨੂੰ ਜਾਂ ਕਿਸੇ ਚੀਜ਼ ਨੂੰ ਹੱਥ ਪਾਉਣਾ ਤੇ ਮੈਨੂੰ ਮੋਟੀਵੇਸ਼ਨ ਇੱਥੋਂ ਮਿਲਦੀ ਡੰਬਲ ਨੂੰ ਹੱਥ ਪਾਈਦਾ ਨਾਲ ਹੀ ਪਹਿਲੇ ਤੁਸੀਂ ਮੇਰੀ ਕੋਈ ਵੀਡੀਓ ਦੇਖ ਲਓ ਜਿੱਥੇ ਮੈਂ ਚੈਸਟ ਛੋਟੀ ਤੇ ਮੈਂ ਭਾਰਾ ਵੇਟ ਲਾ ਰਿਹਾ ਪਹਿਲੇ ਮੈਂ 5-6 ਸੈਕਿੰਡ ਉੱਥੇ ਬਹਿਣਾ ਮੈਂ ਅਰਦਾਸ ਚੋਂ ਮੈਂ ਚੀਜ਼ਾਂ ਕਹਿਣਾ ਚਾਹੁੰਦਾ ਪਰ ਪਤਾ ਵੀ ਲੱਗਣੀਆਂ ਚਾਹੀਦੀਆਂ ਮੈਂ ਪਹਿਲੇ ਕਹਿਣਾ ਹੁੰਦਾ ਕਿ ਬਾਬਾ ਦੀਪ ਸਿੰਘ ਜੀ ਤੁਹਾਡੀ ਫੌਜ ਹੈ ਤੇ ਲਵਾਉਣਾ ਤੁਸੀਂ ਹੁਣ ਧੰਨਵਾਦ ਤੇ ਫਿਰ ਆਪਾਂ ਲੱਗੀਦਾ ਫਿਰ ਉਹ ਲਵਾ ਦਿੰਦਾ ਆਪ ਹੀ ਲਵਾਉਂਦਾ ਫਿਰ ਨੀ ਪਤਾ ਕਿ ਕਿੱਥੋਂ ਜ਼ੋਰ ਆਉਂਦਾ ਕਿ ਕਿੱਥੋਂ ਨਹੀਂ ਫਿਰ ਆ ਜਾਂਦਾ ਦੱਸਾਂਗੇ ਜ਼ੋਰ ਕੀ ਹੁੰਦਾ ਓਕੇ ਜ਼ੋਰ ਹੁੰਦਾ ਇੱਕ ਜੋਸ਼ ਜਿਹੜਾ ਅੰਦਰੋਂ ਪੈਦਾ ਕਰਨਾ ਹੁੰਦਾ ਤੁਸੀਂ ਜ਼ੋਰ ਆ ਨਹੀਂ ਹੁੰਦਾ ਕਿ ਮੇਰੇ ਚ ਬੜਾ ਕਈ ਵਾਰ ਇੱਕ ਕਮਜ਼ੋਰ ਬੰਦਾ ਹੀ ਇੰਨਾ ਵਧੀਆ ਤਰੀਕੇ ਨਾਲ ਇੰਨੇ ਜ਼ੋਰ ਨਾਲ ਲੜ ਪੈਂਦਾ ਜਦੋਂ ਉਹਦੇ ਜਾਨ ਤੇ ਆਈ ਹੁੰਦੀ ਠੀਕ ਹੈ ਨਾ ਤੇ ਉਹ ਜਿਹੜੀ ਉਹ ਮੂਵਮੈਂਟ ਹੈ ਨਾ ਉਹ ਜਦੋਂ ਮੈਂ 5-7 ਸੈਕਿੰਡ ਜਿਹੜਾ ਬਹਿਣਾ ਪਹਿਲੇ ਸੋਚਣਾ ਉਹ ਮੈਂ ਆਪਣੇ ਆਪ ਨੂੰ ਆਹ ਸੋਚਣਾ ਕਿ ਹੁਣ ਮੈਂ ਜੰਗ ਦੇ ਮੈਦਾਨ 'ਚ ਇਸ ਟਾਈਮ ਤੇ ਉਸ ਤਰੀਕੇ ਨਾਲ ਵੇਟ ਲਾਉਣਾ ਕਿ ਜਾਂ ਤੇ ਅਗਲਾ ਨਹੀਂ ਤੇ ਜਾਂ ਮੈਂ ਨਹੀਂ ਫਿਰ ਉਸ ਤਰੀਕੇ ਨਾਲ ਲੜਨਾ ਉਹਨੂੰ ਮੂਵਮੈਂਟ ਨੂੰ ਕ੍ਰੀਏਟ ਕਰਨਾ ਪੈਂਦਾ ਆਪਣੇ ਮਾਈਂਡ 'ਚ ਸੋ ਉਹੀ ਜਦੋਂ ਆਪਾਂ ਸੈੱਟ ਲਾਈਦੇ ਵੀ ਨੇ ਆਹ ਨਹੀਂ ਕਿ ਇੱਕ ਸੈੱਟ ਤੋਂ ਦੂਜੇ ਸੈੱਟ ਵਿੱਚ ਆਰਾਮ ਨਾਲ ਫੋਨ ਤੇ ਲੱਗ ਕੇ ਗੱਲਾਂ ਮਾਰ ਲੈਣੀ ਉਹ ਇੱਕ ਜ਼ੋਨ ਹੁੰਦੀ ਰਣ ਦਾ ਮੈਦਾਨ ਹੋ ਗਿਆ ਬਸ ਉਹ ਮਜ਼ਾ ਹੀ ਅਲੱਗ ਉਹ ਮੈਂ ਉਹ ਫੀਲ ਲੈਣ ਨੂੰ ਹੀ ਜਿੰਮ ਜਾਣਾ ਬਾਡੀ ਬਿਲਡਿੰਗ ਠੀਕ ਹੈ ਆਪਣੀ ਜਗ੍ਹਾ ਉਹ ਹੁਣ ਤੇ ਜਿੰਮ ਜਾਈਦਾ ਕਿ ਮਨ ਦੀ ਸ਼ਾਂਤੀ ਤੁਸੀਂ ਦੇਖਦੇ ਹੋ ਕਿ ਵੀਡੀਓਜ਼ ਜਿਹੜੀ ਹੈਗੀਆਂ ਨੇ ਜ਼ਿਆਦਾਤਰ ਨਾ ਉਹ ਚੱਲਦੀਆਂ ਨੇ ਜਿਹਦੇ ਤੇ ਕੋਈ ਸੈਕਸੁਅਲ ਗੱਲ ਹੋ ਰਹੀ ਹੈ ਜਾਂ ਕੋਈ ਜਿਹਦੇ ਤੇ ਕੋਈ ਮੰਨੋ ਤੁਸੀਂ ਕੋਈ ਰੈਕਟਿਵ ਹਾਰਮੋਨ ਦੇ ਫੰਕਸ਼ਨ ਦੀ ਬਈ ਟੈਸਟੋਸਟੇਰੋਨ ਦੀ ਗੱਲ ਹੋ ਰਹੀ ਹੈ ਉਹਨਾਂ ਲੋਕਾਂ ਨੂੰ ਡਰਾਇਆ ਜਾ ਰਿਹਾ ਖਾਸ ਕਰ ਯੂਥ ਨੂੰ ਹੁੰਦਾ ਵੀ ਕੁਛ ਨਹੀਂ ਪਰ ਉਹ ਸਿਰਫ ਆਪਣੇ ਵਿਊਜ਼ ਲੈਣ ਕਰਕੇ ਡਰਾ ਕੇ ਡਾਈਟ ਪਲਾਨ ਦੇ ਦਿਓ ਭਸਮਾਂ ਦੇ ਦਿਓ ਇਹ ਚੀਜ਼ਾਂ ਬਹੁਤ ਜ਼ਿਆਦਾ ਚੱਲੀ ਹੋਈ ਨੇ ਅੱਜ ਕੱਲ੍ਹ ਮਾਰਕੀਟ 'ਚ ਦੇਖੋ ਚਲੋ ਕਈਆਂ ਨੂੰ ਤੇ ਵਿਚਾਰਾ ਪ੍ਰੋਬਲਮ ਹੁੰਦੀ ਵੀ ਹੈ ਉਹਦੇ ਹੱਲ ਹੈ ਨੇ ਬੜੇ ਤਰੀਕੇ ਦੇ ਹੱਲ ਨੇ ਸਾਰਿਆਂ ਨਾਲ ਪਹਿਲੇ ਨੂੰ ਆਪਾਂ ਡਾਈਟ ਨਾਲ ਫਿਕਸ ਕਰਨਾ ਚਾਹੀਦਾ ਉਹਦੇ ਬਾਅਦ 'ਚ ਬਾਕੀ ਚੀਜ਼ਾਂ ਆਉਂਦੀਆਂ ਪਹਿਲੇ ਹਰ ਚੀਜ਼ ਡਾਈਟ ਨਾਲ ਫਿਕਸ ਹੋ ਜਾਂਦੀ ਅਤੇ ਦੂਜਾ ਤਾਂ ਸਹੀ ਹੁੰਦਾ ਜਿਹੜੇ ਲੋਕ ਸਿਮਟਮ ਦੱਸਦੇ ਨੇ ਨਾ ਅਤੇ ਜਿਹਨੂੰ ਪ੍ਰੋਬਲਮ ਨਹੀਂ ਵੀ ਹੈ ਨਾ ਉਹ ਸੁਣਦਾ ਅਤੇ ਉਹ ਸੋਚ ਲੈ ਉਹਨੂੰ ਸਿਮਟਮ ਹੋਣੇ ਸ਼ੁਰੂ ਹੋ ਜਾਂਦੇ ਨੇ ਸਹੀ ਗੱਲ ਇਹ ਚੀਜ਼ਾਂ ਸੁਣਨੀਆਂ ਹੀ ਨਹੀਂ ਚਾਹੀਦੀਆਂ ਜਿਹਨੂੰ ਪ੍ਰੋਬਲਮ ਹੈ ਬਹੁਤ ਮੁੰਡਿਆਂ ਦੇ ਮੈਸੇਜ ਆਉਂਦੇ ਨੇ ਬਾਈ ਵੀ 21 ਸਾਲ ਦੇ ਮੁੰਡੇ ਐਵੇਂ ਸਟ੍ਰੈਸ ਇੰਨਾ ਸਟ੍ਰੈਸ ਇਹਨਾਂ ਗੱਲਾਂ ਹੈ ਵੀ ਨਹੀਂ ਕੁਛ ਉਹਨਾਂ ਸੁਣ ਸੁਣ ਕੀ ਹੋ ਗਈ ਹੈ ਸਹੀ ਗੱਲ ਹੁਣ ਜੇ ਮੈਂ ਰੋਜ਼ ਤੈਨੂੰ ਆ ਕੇ ਆਪਣਾ ਦੁੱਖ ਰਹਿ ਹੁੰਦਾ ਨਾ ਤੈਨੂੰ ਰੋਜ਼ ਹੀ ਕੋਈ ਬੰਦਾ ਆ ਕੇ ਮੈਂ ਤੈਨੂੰ ਕਹਿੰਦਾ ਨਾ ਯਾਰ ਇਹ ਬੜਾ ਮਾੜਾ ਹੋਇਆ ਯਾਰ ਮਾੜਾ ਆ ਉਹ ਤੇਰੇ ਜਦੋਂ ਤੂੰ ਮੈਨੂੰ ਦੇਖਿਆ ਹੀ ਕਰਨਾ ਨਾ ਤਾਂ ਉੱਦਾਂ ਵੀ ਤੇਰੇ ਅੰਦਰ ਨੈਗੇਟਿਵ ਐਨਰਜੀਆਂ ਨਹੀਂ ਸ਼ੁਰੂ ਹੋ ਜਾਣੀ ਉੱਦਾਂ ਦੀਆਂ ਚੀਜ਼ਾਂ ਦੇਖੋ ਹੀ ਨਾ ਯਾਰ ਤੁਹਾਨੂੰ ਦੇਖਣ ਦੀ ਲੋੜ ਹੀ ਕੀ ਪਈ ਹੈ ਮਤਲਬ ਤੁਸੀਂ ਫੋਨ ਲਾਇਆ ਤੁਸੀਂ ਕੋਈ ਚਾਂਦੀ ਦੀ ਦੇਖ ਲਓ ਕੋਈ ਇਨਫੋਰਮੇਸ਼ਨ ਦੇਖ ਲਓ ਕੋਈ ਕਥਾ ਸੁਣ ਲਓ ਕੋਈ ਗੁਰਬਾਣੀ ਸੁਣ ਲਓ ਕੋਈ ਆਡਨ ਲਓ ਕੋਈ ਹੋਰ ਚੀਜ਼ ਦੇਖ ਲਓ ਕੋਈ ਵਧੀਆ ਮੂਵੀ ਦੇਖ ਲਓ ਕੁਛ ਦੇਖ ਲਓ ਤੁਹਾਨੂੰ ਤੁਸੀਂ ਤੁਹਾਨੂੰ ਕੀ ਲੋੜ ਪਈ ਹੈ ਸਰਚ ਕਰਨ ਦੀ ਮੇਰੇ ਤੇ ਨਾ ਕਈ ਇੰਸਟਾਗ੍ਰਾਮ ਤੇ ਸਰਚ ਹੁੰਦੀ ਹੈ ਤੇ ਆਉਂਦਾ ਨੀ ਆਪਸ਼ਨ ਕਿ ਇੱਦਾਂ ਦੀ ਤੁਸੀਂ ਅੱਗੇ ਦੇਖਣਾ ਚਾਹੁੰਦੇ ਹੋ ਤੇਰੇ ਦਿਮਾਗ ਚ ਆਇਆ ਕਿ ਮੈਂ ਇਹ ਕਰ ਲਾਂ ਜਾਂ ਮੈਂ ਉਹ ਕਰ ਲਾਂ ਉਹ ਚੀਜ਼ਾਂ ਸਗੋਂ ਚੰਗੇ ਭਲੇ ਬੰਦੇ ਨੂੰ ਵੀ ਖਰਾਬ ਕਰ ਦਿੰਦੀਆਂ ਜਿਹਨੂੰ ਕੁਛ ਨੀ ਨਾ ਆ ਉਹਨੂੰ ਵੀ ਲੱਗਣ ਲੱਗ ਪੈਂਦਾ ਯਾਰ ਤੇ ਮੈਨੂੰ ਵੀ ਹੈ ਯਾਰ ਉਦੋਂ ਗੂਗਲ ਤੇ ਪਾ ਕੇ ਦੇ ਕੋਈ ਚੀਜ਼ ਕੁਛ ਵੀ ਲਿਖ ਲਾ ਉਹਦੇ ਇੱਕ ਦੇ ਵਿੱਚ ਕੈਂਸਰ ਆ ਨਹੀਂ ਆਉਣਾ ਨਾਲ ਲਿਖੀ ਤੇ ਲੋਕੀ ਸਾਥੀ ਉੱਥੇ ਕਰ ਰਹੇ ਨੇ ਉਹ ਤੂੰ ਡਰ ਜਾਂਦਾ ਬੰਦਾ ਜਿਹਨੂੰ ਕਿਸੇ ਨੂੰ ਪ੍ਰੋਬਲਮ ਹੈ ਜੇ ਕਿਸੇ ਨੂੰ ਆਉਂਦੀ ਪਈ ਹੈ
ਫਸਟ ਆਫ ਆਲ ਕਿ ਕਿਉਂ ਆਉਂਦੀ ਪਈ ਉਹ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰੋ ਜਿਹੜੀ ਆਪਾਂ ਹੁਣੇ ਗੱਲਾਂ ਕੀਤੀਆਂ ਸਟ੍ਰੈਸ ਸਨਲਾਈਟ ਪਾਣੀ ਤੁਸੀਂ ਚੰਗੀ ਤਰ੍ਹਾਂ ਪੀਂਦੇ ਪਏ ਤੁਹਾਡੀ ਡਾਇਟ ਕੀ ਹੈ ਤੁਸੀਂ ਵਰਕਆਊਟ ਕਰਦੇ ਪਏ ਸਾਰੀਆਂ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਰੈਦਰ ਦੈਨ ਕਿ ਬਾਬੇ ਜਦੋਂ ਆਪਾਂ ਜਦੋਂ ਮੈਂਟਲ ਪੀਸ ਦੀ ਗੱਲ ਕਰਦੇ ਹਾਂ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਇੱਕ ਟਾਈਮ ਤੇ ਐਸਾ ਗਾਏ 300 ਗ੍ਰਾਮ ਸਿਰਫ ਸ਼ਕਰਕੰਦੀ ਖਾ ਰਹੇ ਸੀਗੇ ਸਵੀਟ ਪੋਟੈਟੋ ਦੇ ਵਿੱਚ ਤੁਹਾਡੀ ਲਿਫਟਾਂ ਵੀ ਨਹੀਂ ਘਟੀਆਂ ਤੁਹਾਡੀ ਲਿਫਟਾਂ ਮਤਲਬ ਕਿ ਵੱਧ ਰਹੀਆਂ ਸੀ ਉਸ ਟਾਈਮ ਤੁਹਾਡਾ ਵੇਟ ਵੀ ਘੱਟ ਰਿਹਾ ਸੀਗਾ ਇਹ ਬਾਕੀ ਨਾਰਮਲ ਗੱਲ ਨਹੀਂ ਹੁੰਦੀ ਜਦੋਂ ਕੋਈ ਬੰਦਾ ਪਹਿਲੇ ਕੱਟ ਕਰਦਾ ਤੇ ਲਿਫਟਾਂ ਵੀ ਘਟਦੀਆਂ ਨੇ ਤੇ ਇਵੈਂਚੁਅਲੀ ਬੰਦਾ ਵੀਕ ਵੀ ਫੀਲ ਕਰਦਾ ਇਹ ਤੁਹਾਡਾ ਮੈਂ ਮੈਂਟਲ ਲੈਵਲ ਬਹੁਤ ਜ਼ਿਆਦਾ ਸਟਰੋਂਗ ਦੇਖਿਆ ਇਹਦੇ ਪਿੱਛੇ ਕੀ ਇੱਕ ਤੁਹਾਡੀ ਸ਼ਕਤੀਆਂ ਨੇ ਜਾਂ ਕੀ ਤੁਸੀਂ ਕਰਦੇ ਹੋ ਦੱਸੋ ਸ਼ਕਤੀਆਂ ਦੇ ਨਹੀਂ ਦੱਸ ਸਕਦੇ ਕੋਸ ਸਵਾਲ ਦੱਸਣ ਹੀ ਦੱਸੋ ਜੀ ਹਿੰਦੂ ਧਰਮ ਦੇ ਤੁਸੀਂ ਭਾਵੇਂ ਭਗਵਾਨ ਰਾਮ ਨੂੰ ਮੰਨਦੇ ਕ੍ਰਿਸ਼ਨ ਨੂੰ ਮੰਨਦੇ ਸ਼ਿਵ ਜੀ ਨੂੰ ਮੰਨਦੇ ਹਨਾ ਭਰੋਸਾ ਹੋਣਾ ਚਾਹੀਦਾ ਆਪਣੇ ਇਸ਼ਟ ਤੇ ਪੂਰਾ ਫਿਰ ਜੋ ਮਰਜ਼ੀ ਹੋ ਜਾਏ ਭਾਵੇਂ ਅੱਖਾਂ ਬੰਦ ਕਰਕੇ ਗੱਡੀ ਚਲਾ ਦਿਓ ਭਰੋਸਾ ਹੋਣਾ ਚਾਹੀਦਾ ਇਹ ਨਹੀਂ ਵੀ ਅੱਖਾਂ ਬੰਦ ਕੀਤੀਆਂ ਗਈ ਨਹੀਂ ਨਹੀਂ ਵੱਜ ਜਾਣੀ ਉਹ ਕੰਮ ਨਹੀਂ ਹੁਣ ਸਾਨੂੰ ਸਾਡੇ ਗੁਰੂ ਸਾਹਿਬ ਦੇ ਪੂਰਾ ਭਰੋਸਾ ਹੈ ਵੀ ਜੇ ਅਸੀਂ ਮਤਲਬ ਉੱਧਰ ਗਏ ਹਾਂ ਉਹਨਾਂ ਨੇ ਮੋਰਚਾ ਫਤਿਹ ਕਰ ਦੇ ਬਿਲਕੁਲ ਤੇ ਉਹ ਜਿਹੜੀਆਂ ਨਾ ਉਹ ਜਿਹੜੇ ਲਿਫਟ ਲਾਈ ਲਿਖਿਆ ਜੀਰੋ ਕਾਰਪਟੇ ਮਤਲਬ ਕਿ ਇੱਕ ਭੈਣ ਦਾ ਵੀ ਮੈਨੂੰ ਉੱਥੇ ਨਾ ਮੈਸੇਜ ਆਇਆ ਅਮੈਰੀਕਾ ਤੋਂ ਉਹ ਵੀ ਬੋਡੀ ਬਿਲਡਿੰਗ ਕਰਦੇ ਨੇ ਉਹ ਕਹਿੰਦੇ ਇਹ ਕਿੱਦਾਂ ਹੋ ਸਕਦਾ ਸਿੱਖੀ ਵਿੱਚ ਸਭ ਕੁਝ ਹੋ ਜਾਂਦਾ ਗੱਲ ਭਰੋਸੇ ਤੇ ਖੜੀ ਹੈ ਗੱਲ ਭਰੋਸੇ ਤੇ ਖਲੋਤੀ ਹੈ ਬਿਲਕੁਲ ਜਿੰਦਾ ਜਾਗਦਾ ਸਿੰਘ ਹੈ ਇਹਦਾ ਫੋਨ ਗੁੰਮ ਹੋ ਗਿਆ ਸੀ ਮੈਨੂੰ ਯਾਦ ਇੱਕ ਜੀਵ ਦੇ ਪਿਛਲੀ ਉੱਤੇ ਲੱਗੀ ਸਟਿਪਨੀ ਦੇ ਫੋਨ ਇੱਦਾਂ ਰੱਖਿਆ ਹੈ ਉਹ ਗੱਡੀ ਜੀਵ ਮਾੜੀ ਚੱਲੀ ਡਿੱਗਣਾ ਹੈ ਅਰਦਾਸ ਕੀਤੀ ਤੇ ਫੋਨ ਹੀ ਡਿੱਗਿਆ ਵੀ ਗੁਰੂ ਸਾਹਿਬ ਤੇ ਭਰੋਸਾ ਇਹ ਅੱਖੋਂ ਦੇਖੀ ਗੱਲ ਹੈ ਬਾਬੇ ਕਾਲੀ ਸੀਗੇ ਸੀ ਸ਼੍ਰੀਆਮ ਕ੍ਰਿਸ਼ਨ ਆਇਆ ਗੱਲ ਇਹ ਹੁੰਦੀ ਉਹ ਵੀ ਭਰੋਸਾ ਕਹਿੰਦਾ ਜਿਹਨਾਂ ਨੂੰ ਭਰੋਸਾ ਨਹੀਂ ਨਾ ਹੈਗਾ ਤੁਸੀਂ ਮੈਂਟਲੀ ਲਾ ਲਓ ਕਾਮ ਲਾ ਲਓ ਕੁਝ ਵੀ ਲਾ ਲਓ ਮਤਲਬ ਕਿ ਕਲਯੁਗ ਦੇ ਇਹ ਪੰਜ ਵਜ਼ੀਰ ਨੇ ਇਹਨਾਂ ਦੀ ਆਪੋ ਆਪਣੀ ਡਿਊਟੀ ਲੱਗੀ ਹਨਾ ਕੋਈ ਤਾਂ ਮੈਂ ਕਹਿਣਾ ਇਹਨਾਂ ਨੇ ਕਦੀ ਮੰਨੇ ਨਹੀਂ ਕਿ ਮੈਂ ਕਮਜ਼ੋਰ ਹਾਂ ਬਸ 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 ਉਹ ਆਪਣੇ ਦਿਮਾਗ ਚ ਸੋਚ ਲੈਂਦੇ ਨੇ ਕਿ ਜਿਹੜੀ ਮੇਰੀ ਪੱਗ ਹੈ ਮੈਨੂੰ ਉਹ ਲੋਕਾਂ ਵਿੱਚ ਨਹੀਂ ਫਿੱਟ ਬੈਠੂਗੀ ਉਹ ਆਉਂਦੀ ਆਪਣੇ ਵਾਲ ਕਟਾ ਲੈਂਦੇ ਨੇ ਆਉਂਦੀ ਪੁੱਠੇ ਕੰਮਾਂ ਨੂੰ ਪੈ ਜਾਂਦੇ ਉਹ ਲੈਫਟ ਆਊਟ ਫੀਲ ਕਰਦੇ ਨੇ ਜਿਉਂਦਾ ਬੰਦਾ ਨੇ ਮੂਸੇ ਵਾਲਾ ਚਲੋ ਜਿਉਂਦਾ ਤੇ ਨਹੀਂ ਵਿਚਾਰਾ ਹੁਣ ਚਲੋ ਪਰ ਜਿੱਥੇ ਵੀ ਇਹ ਅਰਦਾਸ ਸੀ ਉਹਦੇ ਵਾਸਤੇ ਤੇ ਭਰਾ ਵਾਸਤੇ ਪੱਗ ਬਹੁਤ ਉੱਤੇ ਉਹ ਬੰਦੇ ਕਰਕੇ ਨਾ ਚਲੋ ਅੱਜ ਦੇ ਟਾਈਮ ਦੀ ਗੱਲ ਕਰਨਾ ਅੱਜ ਦੇ ਟਾਈਮ ਦੀ ਨਾ ਬੰਦਾ ਅੱਜ ਦੇ ਟਾਈਮ ਚ ਮੈਂ ਇੱਦਾਂ ਦੀ ਗੱਲਾਂ ਕਰਦਾ ਨੀ ਮੁੰਡੇ ਪੱਗਾਂ ਬੰਨਣ ਲਾ ਤੇ ਫਿਰ ਬਾਬਾ ਜੀ ਤੇ ਇੱਕ ਹੋਰ ਗੱਲ ਅੱਜ ਕੱਲ ਨਾ ਇੱਕ ਬਹੁਤ ਵਧੀਆ ਵਧੀਆ ਵੀ ਕਰਦਾ ਬਹੁਤ ਹੀ ਜਿਆਦਾ ਗੰਦਾ ਟ੍ਰੈਂਡ ਚੱਲ ਪਿਆ ਜਿਮ ਦੇ ਵਿੱਚ ਆਪਣੇ ਜਿਹੜੇ ਸਿੱਖ ਭਰਾ ਨੇ ਆਪਣੇ ਸਾਰੇ ਉਹ ਨਾ ਪੱਗਾਂ ਛੱਡ ਕੇ ਟੋਪੀਆਂ ਪਾ ਕੇ ਆਉਂਦੇ ਨੇ ਜਿਮ ਚ ਉਹ ਜਰਾਬਾਂ ਜੀ ਪਾ ਕੇ ਆਉਂਦੇ ਨੇ ਕੀ ਕਹਿੰਦੇ ਨੇ ਉਹਨੂੰ ਉਹ ਕਹਿੰਦੇ ਨੇ ਵੀ ਅਸੀਂ ਕੰਫਰਟੇਬਲ ਫੀਲ ਕਰਦੇ ਹਾਂ ਉਹ ਕੰਫਰਟੇਬਲ ਫੀਲ ਕਰਦੇ ਨੀ ਇਹ ਮੈਨੂੰ ਇਹ ਗੱਲ ਬਹੁਤ ਚੰਗੀ ਨਹੀਂ ਲੱਗਦੀ ਜਿਵੇਂ ਤੁਸੀਂ ਦਮਾਲਾ ਬਣ ਕੇ ਜਾਂਦੇ ਹੋ ਪਟਕਾ ਮੈਂ ਵੀ ਬੰਨਿਆ ਹੁੰਦਾ ਤੁਸੀਂ ਦਮਾਲਾ ਬਣ ਕੇ ਜਾਂਦੇ ਹੋ ਮੈਂ ਲੋਕਾਂ ਮੈਂ ਆਪਣੇ ਸਿੰਘਾਂ ਨੂੰ ਦੇਖਦਾ ਵੱਡਾ ਵੱਡਾ ਦਮਾਲਾ ਵੀ ਬੰਨਿਆ ਹੁੰਦਾ ਉਹਨਾਂ ਨੇ ਜਿਮ ਦੇ ਵਿੱਚ ਉਹ ਇੱਕ ਸੋਚ ਹੀ ਬਣ ਗਈ ਹੈ ਕਿ ਯਾਰ ਕੰਫਰਟੇਬਲ ਨੀ ਹੈਗੇ ਕਈ ਵਾਰੀ ਸ਼ਸਤਰਾਂ ਵਾਲਾ ਦਮਾਲਾ ਹੀ ਚੜਾਈਦਾ ਫਿਰ ਮੇਰੇ ਬਾਬਾ ਜੀ ਉਹ ਜੋ ਉਹਨਾਂ ਨੂੰ ਪਹਿਲਾਂ ਬਾਕੀ ਮੇਰਾ ਇੱਦਾਂ ਜਿਦਾਂ ਮੈਂ ਕਿਸੇ ਦੇ ਵਿੱਚ ਮੈਂ ਨਾ ਜਿਦਾਂ ਵੀ ਦੱਸ ਸਕਦਾ ਜੇ ਕਿਹੜਾ ਜੋ ਮਨ ਕਰਦਾ ਉਹ ਆਪਣਾ ਕਰੇ ਆਹ ਮੈਂ ਨੀ ਕਰ ਸਕਦਾ ਮੈਂ ਆਪਣੀ ਸੱਚੀ ਗੱਲ ਦੱਸਦਾ ਦਮਾਲਾ ਸਜਾਇਆ ਹੁੰਦਾ ਨਾ ਤੇ ਕਮਰ ਕਸਾ ਲਾਇਆ ਹੁੰਦਾ ਉਹ ਬੰਦਾ ਆਪ ਹੀ ਇੱਕ ਜੋੜੀ ਕਰਕੇ ਤੁਰਦਾ ਉੱਥੇ ਪਤਾ ਨੀ ਕਾਤੋਂ ਮੈਂ ਸੱਚੀ ਮੈਂ ਕੁਦਰਤੀ ਮੇਰੇ ਚ ਇੱਕ ਫੀਲ ਆਉਂਦੀ ਮੈਂ ਇੱਕ ਵੱਖਰਾ ਹੀ ਨਸ਼ੇ ਚ ਹੁੰਦਾ ਮੈਂ ਆਪਣੇ ਆਪ ਨੂੰ ਇੱਦਾਂ ਲੱਗਦਾ ਹੁੰਦਾ ਪਾਸੇ ਸੱਚੀ ਚ ਪੁਰਾਣੇ ਸਮੇਂ ਤੋਂ ਵੇਖੋ ਉਹਦੇ ਵਿੱਚ ਹੁਣ ਜਿੱਦਾਂ ਹੁਣ ਸ਼ਹੀਦੀ ਦਿਹਾੜੇ ਲੰਘੇ ਨੇ
ਜੰਗ ਦੇ ਕਰਤਵ ਹੈ ਨੇ ਸਿੰਘਾਂ ਨੇ ਅੱਗੇ 10 ਲੱਖ ਹੀ ਤੇ ਇਹਦੇ 40 ਸਿੰਘਾਂ ਨੇ ਮੋਰਚਾ ਗੜਤਾ ਫਤਿਹ ਕਰ ਗੱਲ ਪਤਾ ਕੀ ਕੁਆਂਟਿਟੀ ਨਹੀਂ ਚਾਹੀਦੀ ਸਿੱਖੀ ਵਿੱਚ अपने आप च नशा ऐदा हो गए तुरना मैं कह नी देखो पा जेडे जेडे अपने धर्म दे अपना धर्म पक्का नभाओ अपा नहीं कहते साडा बड़ा वधिया अपा नहीं कहते साडा माड़ा सानू वधिया लगता साडा ते आपां टोरना रही थे ते सानू मजा आता हाई च रहने आपां ठीक है ना आज मैं अपना सद मेन मजा ही वकर आता जो मैं कमर कसा ला दुमाला सजाया हों जे मुझे तुरी ना गल सिखी करके देवी देवते बैठे मिले हर के नहीं मिल सकती बाबा जे दमाला बन के जंगा हो सकदियां तां जिम क्यों नहीं लग सकदे जिथे जंगा हो गई तो दमाले लथे नहीं उथे अहीं जिम दे विच दमाले लाउण दे आ तां साडे लई माड़ी गल बाबा जी आपां इक वीडियो कीती सीगी काम दे उत्ते विकी भाई बहुत वीडियो वायरल हुई लोकां ने बहुत प्यार दित्ता उस वीडियो दे उत्ते आपां गल कीती सीगी काम दे उत्ते वी लोकी उस चीज विच रह गए ने उस चीज तों निकल नहीं पांदे ते उहदे करके कुछ होर फोकस हो ही नहीं पांदा बॉडी बिल्डिंग तां बहुत दूर दी गल आ घरदिआं नूं दूर हो जांदे ने बेसिक चीजां नूं दूर हो जांदे ने ते उह इक फिर वी आंसर नहीं मिल पाया सीगा उस टाइम लोकां नूं इक आंसर बाबा वेखो जिहड़ा तेरा काम उह ते इक कोई माड़ी मोटी चीज नहीं बहुत बले ओने तो बख्शा नहीं कहे ओने तो बचन का तरीका भी तुसी गुरु महाराज जी अरदास करो भी महाराज सानू बचा लो अरदास हर वेले तुसी गुरबाणी पढ़ो सिमरन करो सेवा करो ओदे नाल की तुहाडे मन की जिहड़ी मैल निकलूगी ते जिहड़ा काम है ना जे कोई सोचे भी कोई माड़ी मोटी चीज आ ते मैं इहनू जित लां जितिया ते नहीं जा सकदा अरदास करके गुरु महाराज बचा सकदे आ क्योंकि मान लो कोई कवे भी मैं जी सब कुछ जीत के बैठा बंदा शदाई बना दिया माड़ी जी कोई इस्त्री नंग लग जी जाने उदों के बस्त्र पाए ते बंदा गया ठीक है ओदे गुरबाणी ओदा हाल है ते अरदास ते बाबा जी फिर कसूर जिन्हां ने ते कड्ढ लां पैंदे ਨਹੀਂ ਕਸੂਰ ਦੇ ਆਪਣੇ ਕਿਉਂਕਿ ਉਹ ਆਪਣੇ ਤੇ ਬਲ ਪਾ ਦਿੰਦਾ ਨਾ ਐਗਜੈਕਟਲੀ ਬੰਦੇ ਦੀ ਆਪਣੀ ਵੀ ਸੋਚ ਹੋਣੀ ਚਾਹੀਦੀ ਨਾ ਕਿ ਮੈਂ ਨਹੀਂ ਕਰਨਾ ਮੈਂ ਨਹੀਂ ਦੇਖਣਾ ਮੈਂ ਨਹੀਂ ਸੋਚਣਾ ਜਿੱਦਾਂ ਅੱਜ ਕੱਲ ਕਈ ਸੁਣੇ ਨੀ ਕਮੈਂਟ ਕਮੁੰਟ ਮੰਤਰੀਆਂ ਮੰਤਰੀਆਂ ਕਹਿੰਦੇ ਨੀ ਕਹਿੰਦੇ ਦਿੰਦੇ ਦੇਖਦੇ ਨੀ ਹੁੰਦੇ बंदे ਨੂੰ ਵੀ ਆਪਣੀ ਹੱਥ ਚ ਰਹਿਣਾ ਚਾਹੀਦਾ ਨਾ ਭਾਜੀ ਆਪਾਂ ਅੰਦਰੋਂ ਇੱਕ ਵਾਰ ਫੋਨ ਤੇ ਵੀ ਗੱਲ ਕਰ ਰਹੇ ਸੀ ਵਿੱਕੀ ਭਾਈ ਨੇ ਆਪਣੇ ਵੱਡੇ ਭਰਾ ਨੇ ਸਾਰਾ ਕੁਝ ਸ਼ੇਅਰ ਕਰਦੇ ਨੇ ਚਾਹੇ ਗੱਜ ਭਾਜੀ ਨੇ ਤੇ ਇੱਕ ਵਾਰ ਆਪਾਂ ਫੋਨ ਤੇ ਗੱਲ ਕਰ ਰਹੇ ਸੀ ਭਾਜੀ ਕਹਿੰਦੇ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ 40-50 ਸਾਲ ਦੀ ਉਮਰ ਤੋਂ ਪਹਿਲੇ ਸਿੱਖੀ ਮੈਨੂੰ ਮਿਲ ਜੂਗੀ ਕਿ ਮੈਂ ਸਿੰਘ ਸੱਜ ਜਾਗਾ ਤੇ ਇੱਕਦਮ ਕਲਾ ਵਰਤੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿਉਂਕਿ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੁੰਦੀ ਹੈ ਤੇ ਇੱਦਾਂ ਹੁੰਦੀ ਹੈ ਵਿੱਕੀ ਭਾਜੀ ਦੇਖੋ ਪਹਿਲੇ ਮੈਂ ਨਾ ਕਹਿੰਦੇ ਨੀ ਹੁੰਦੇ ਕਿ ਉਹ ਨਾਮ ਜਪਾਉਂਦਾ ਹੈ ਤੇ ਤਾਂ ਹੀ ਜਪ ਸਕਦੇ ਹੋ ਉਹ ਕਰਵਾਉਂਦਾ ਮੈਂ ਕਹਿੰਦਾ ਹੁੰਦਾ ਇੱਦਾਂ ਫੜਾਉਂਦਾ ਮੈਂ ਕਰਨਾ ਚਾਹਾਂਗਾ ਤਾਂ ਮੈਂ ਕਰ ਲਾਂਗਾ ਮੈਂ ਜਪਣਾ ਚਾਹਾਂਗਾ ਤਾਂ ਨਾ ਝੂਠੀ ਹੈ ਇਹ ਗੁਰਮਤ ਤੇ ਮਨਮਤ ਵਿੱਚ ਇੰਨਾ ਕੀ ਫਰਕ ਬਾਬਾ ਜੀ ਝੂਠੀ ਹੈ ਮੈਂ ਕਿਸੇ ਨੂੰ ਕੋਈ ਮਨਾਉਣਾ ਨਹੀਂ ਚਾਹੁੰਦਾ ਨਾ ਮੈਂ ਕਿਸੇ ਨੂੰ ਜੋ ਮੇਰਾ ਐਕਸਪੀਰੀਅੰਸ ਮੈਂ ਕੀਤਾ ਮੈਂ ਉਹਦੇ ਆਧਾਰ ਤੇ ਕਹਿ ਬੰਨਾ ਪਿਆ ਕਿ ਪਹਿਲੇ ਮੈਂ ਇੱਦਾਂ ਮੰਨਦਾ ਸੀ ਪਰ ਉਹਨੇ ਪ੍ਰੂਵ ਕਰਤਾ ਕਿ ਨਹੀਂ ਕਾਕਾ ਤੂੰ ਮੈਂ ਹੀ ਕਰਵਾਉਂਦਾ ਪਿਆ ਤੇ ਮੈਂ ਹੀ ਤੇਰੇ ਅੰਦਰ ਸੋਚ ਪਾਣੀ ਮੈਂ ਹੀ ਤੇਰੇ ਅੰਦਰ ਪਾਈ ਹੈ ਤੇ ਮੈਂ ਹੀ ਤੈਨੂੰ ਇੱਕ ਕਿਸੇ ਮਕਸਦ ਨੂੰ ਇੱਥੇ ਲੈ ਕੇ ਆਇਆ ਮੈਂ ਹੀ ਇੱਕ ਮਕਸਦ ਨੂੰ ਇਹਨਾਂ ਨੂੰ ਮਿਲਾਇਆ ਉਹ ਅੱਗੇ ਪਤਾ ਨੀ ਤਾਂ ਹੀ ਕਹਿੰਦੇ ਨਾ ਕਿ ਉਹਦੀ ਖੇਡਾਂ ਤੁਸੀਂ ਨਹੀਂ ਜਾਣ ਸਕਦੇ ਆਪਾਂ ਜਿਹੜਾ ਅੱਜ ਇਸ ਟਾਈਮ ਤੇ ਇੱਥੇ ਬੈਠੇ ਹਾਂ 12:45 ਤੇ ਦੇਰ ਇਜ਼ ਅ ਰੀਜ਼ਨ ਬਿਹਾਈਂਡ ਇਟ ਸਾਨੂੰ ਨਹੀਂ ਪਤਾ ਕਿਹੜਾ ਰੀਜ਼ਨ ਕੀ ਪਤਾ ਇਹਦਾ ਹੀ ਕੋਈ ਰਿਜ਼ਲਟ ਅੱਜ ਤੋਂ 3 ਸਾਲ ਬਾਅਦ ਨਿਕਲਣ ਵਾਲੇ ਕੋਈ ਟਾਈਮ ਹੀ ਦੈਟ ਜਸਟ ਹੁੰਦਾ ਹੋਏ ਸਾਨੂੰ ਨਹੀਂ ਪਤਾ ਕਿ ਕਿੱਥੇ ਕੀ ਹੋਣਾ ਉਸ ਸਾਨੂੰ ਲੱਗਦਾ ਹੈ ਕਿ ਆਪਾਂ ਆਪਾਂ ਕਰਦੇ ਪਏ ਆ ਉਹ ਖੇਡ ਜਿਹੜੀ ਅੱਗੇ ਜਾ ਕੇ ਬਣਨੀ ਉਹ ਲੱਗ ਗਈ ਹੈ
फर्क मिली फर्क सारे पता दस की लोड़ नी जमीन आसमान का फर्क है ना पहले कोई होर बॉडी बिल्डर सीगे ना पहले कोई होर वड्डे नाम सीगे वो अपने सिंह हो गए छोटा बच्चा जो ग्रो अप कर रहा तो अपने वर्गे या अपने अपने धर्म लोगों इना वे लैवल जाते देखता भी सिखी संभाल के बड़ी पॉजिटिविटी मिलती है कि मैं भी इदा बनागा नहीं तो फिर जो थोड़े रोल मॉडल ही घुमाने हो गए या रोल मॉडल थोड़े हो जाए हो गए तुम उदा ही बनोगे एक बहुत वाला चेंज आया थानू महाराज ने करवाया कि साडे हथों नहीं उन्हें मे बी किसी बच्चे सिखी दवानी सी इस करके सानू साडा भी ओदे करके साडी भी जिवें कहिंदे ना बेड़ी पार लग गई किसे करके की पता साडी बेड़ी जिहड़ा साडे वल देख के चलो जो कि सिंह सजदा पिया छोटा बच्चा ओदे करके साडी जिंदगी भी सुधर गई की पता ओदे करके सानू मिलिया होए आपां कहिंदे ना मेरे करके ओनू आया की पता ओदे करके मैनू आया होए सही गल ते इक होर जिहदा आपां इंट्रोडक्शन दिंदे आ जी इह बाबा चरणजीत सिंह चली जी साडे इह तबला ही बजांदे ने ट्रक भी चलांदे ने शस्त्र बहुत ज्यादा प्यार करते ने शस्त्रां नूं गतका बहुत ज्यादा इन्हां दी बहुत वड्डी महिमा रही है अहमियत रही है थोड़े दोवां ने सिख सकदे ते इह किदां रही है की स्टोरी सी दसो महाराज इन्हां ने बाबा जी इदां भी जिदां इन्हां ने अपने बचन हुंदे है ना इन्हां ने जिदां कहा भी मैं ज्ञानी शेर सिंह जी नूं सौंदा आ बड़ा प्रेम है ते मैं कहा भी चलो बाबा जी ने अगले दिन मैं दसा भी ज्ञानी शेर सिंह जी इन्हां दे कोई लागे गुरद्वारा रिचमंड उत्थे आए ने इन्हां नूं आपां दित्ता नंबर भी आ लो जाओ जी हुण तुसीं तुहाडे लागे ही आ गए आप ही आ गए जिहदा महाराज ने ओह चीज देनी बख्श करनी करना ही इना दसना ही मैं सुनना ही मैं उत्थे पहुंचना ही मैं सिंह सजना ही की पता मेरे वाल देख के जेड़े मुंडे ने सिंह सजना ही ओदे करके सारा कुछ होया ओ भुल जो हां नहीं समझ आईयां चीजां मैनू लगदा जो मैनू लगदा जेड़ी कला नहीं समझ वरतौनी इदां है बस आ कहना भुल जो कि मेरे करके ओ सिंह सजया मैं सिंह सजया मैं चाह अब मैं नहीं चाहता ही ओने सोच पाई है ओ आपां दे हथ खड़े करते ने महाराज आपां दे हथ खड़े ने आपां इधर दिमाग ही लाते चंगे तगड़े ਏਦਾਂ ਬਾਹਾਂ ਨਾਲ ਫੜ ਕੇ ਕੰਧ ਨਾਲ ਉੱਪਰ ਚੁੱਕ ਦਿੰਦੇ ਸੀਗੇ ਹਰੀ ਸਿੰਘ ਨਾਲ ਉਹਨਾਂ ਦਾ ਵੀ ਸੁਣਿਆ ਵਾ ਇਸ ਟਾਈਮ ਆਪਣੇ ਕੋਲ ਇਹ ਦੋ ਸਿੰਘ ਨੇ ਅਸੀਂ ਉਹ ਪ੍ਰਤੱਖ ਦੇਖ ਰਹੇ ਹਾਂ ਕਿ ਯਾਰ ਜੇ ਇਹ ਇੰਨੇ ਤਕੜੇ ਉਹ ਕਿੱਦਾਂ ਦੇ ਹੋਣਗੇ
ਤੇ ਉਹ ਬਹੁਤ ਤਕੜੀ ਇਨਸਪੀਰੇਸ਼ਨ ਆ। ਇਹ ਨਹੀਂ ਕਿ ਤੁਸੀਂ ਮਤਲਬ ਕਿ ਚੋਲਾ ਹੀ ਪਾਉਣਾ ਜਾਂ ਦੁਬਾਲਾ ਹੀ ਬਣਨਾ। ਬਾਬਾ ਜੀ ਇਹ ਇਹ ਸਿੱਖੀ ਦਾ ਪ੍ਰਚਾਰ ਹੈ ਇੱਕ ਤਰ੍ਹਾਂ ਦਾ, ਬਹੁਤ ਤਕੜਾ ਪ੍ਰਚਾਰ ਆ। ਸੋ ਇੱਕ ਉਹ ਰੂਪ ਮਿਲ ਗਿਆ ਫਿਜ਼ੀਕਲ, ਤੁਸੀਂ ਕਿਸੇ ਨਾਲ ਕੰਪੇਅਰ ਕਰ ਸਕਦੇ ਜੇ ਕਿ ਸਾਡੇ ਬਜ਼ੁਰਗ ਕਿੱਡੇ ਹੋਣਗੇ। ਜੇ ਐਗਜ਼ਾਮਪਲ ਚੀਜ਼ ਨਹੀਂ, ਪਰ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਮੈਨੂੰ ਬੜੇ ਮੈਸੇਜ ਆਉਂਦੇ ਨੇ ਕਿ ਬਾਬਾ ਜੀ ਕਿ ਆਪਾਂ ਤੁਹਾਡੇ ਵੱਲ ਦੇਖੀ ਤਾਂ ਸਾਨੂੰ ਲੱਗਦਾ ਪੁਰਾਤਨ ਸਿੰਘ ਇੱਦਾਂ ਦੇ ਹੁੰਦੇ ਹੋਣੇ। ਬਿਲਕੁਲ, ਉਹ ਬੜੇ ਮੈਸੇਜ ਆਉਂਦੇ। ਤੋ ਸੱਚੀ ਉਹ ਸੁਣ ਕੇ ਨਾ ਰੂਹ ਬੜੀ ਖੁਸ਼ ਹੁੰਦੀ ਜਦੋਂ ਏਦਾਂ ਬੋਲਦਾ ਕਿ ਹਾਂ ਯਾਰ, ਮਤਲਬ ਯਾਰ ਬੰਦਾ ਮੇਰੇ ਚ ਕੀ ਦੇਖਦਾ ਪਿਆ, ਮਤਲਬ ਮੈਂ ਕਿੰਨਾ ਪਾਪੀ ਆ, ਪਰ ਬੰਦਾ ਮੇਰੇ ਚ ਕੀ ਦੇਖਦਾ ਪਿਆ ਯਾਰ। ਉਹ ਮਜ਼ਾ ਆਉਂਦਾ ਕਈ ਵਾਰੀ, ਫਿਰ ਉਹਦੇ ਨਾਲ ਨਾ ਹੁੰਦਾ ਕਿ ਯਾਰ ਬੰਦਾ ਕੀ ਦੇਖਦਾ ਪਿਆ, ਹੁਣ ਮੈਨੂੰ ਹੋਰ ਚੰਗੇ ਕੰਮ ਕਰਨੇ। ਬੁਰੇ ਕੰਮ ਕਰੀਦੇ ਨੇ ਸਾਰੇ ਆਪਾਂ ਕਿਤੇ ਨਾ ਕਿਤੇ ਕਰਦੇ ਹੀ ਹੁੰਦੇ ਆ, ਹੁੰਦਾ ਕਿ ਯਾਰ ਮੇਰੇ ਮੋਢਿਆਂ ਤੇ ਡਿਊਟੀ ਇੱਕ। ਬਿਲਕੁਲ ਬਾਬਾ ਜੀ, ਗੱਲ ਨਾ ਸਾਰੀ ਗੁਰੂ ਦੇ ਭਰੋਸੇ ਤੇ ਖੜੀ ਹੈ। ਜੇ ਤੁਹਾਡਾ ਗੁਰੂ ਤੇ ਭਰੋਸਾ ਹੈਗਾ, ਉਹ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਕਿ ਮੈਨੂੰ ਇਸ ਸਿੱਖ ਨੂੰ ਗੁਰੂ ਤੇ ਭਰੋਸਾ ਕਿੰਨਾ ਹੈ। ਤੇ ਭਰੋਸੇ ਦੀ ਗੱਲ ਕੀਤੀ ਜਾਏ, ਆਪਾਂ ਭਾਈ ਜਿਹੜਾ ਭਾਈ ਡੱਲਾ ਹੋਇਆ ਉਹਦਾ ਇਤਿਹਾਸ ਸੁਣਿਆ ਹੀ ਹੈ, ਕਿੱਦਾਂ ਉਹਨੂੰ ਹੰਕਾਰ ਹੋ ਗਿਆ ਸੀਗਾ, ਤੇ ਕਿੱਦਾਂ ਫਿਰ ਗੁਰੂ ਸਾਹਿਬ ਦੇ ਅੱਗੇ ਦੋ ਸਿੰਘ ਆਏ, ਤੇ ਕਿੱਦਾਂ ਉਹਨਾਂ ਨੇ ਕਿਹਾ, ਉਹ ਲੜਨ ਲੱਗ ਗਿਆ ਆਪਸ ਵਿੱਚ, ਮੈਂ ਪਹਿਲੇ ਕਿ ਉਹ ਗੁਰੂ ਸਾਹਿਬ ਕਹਿੰਦੇ ਮੇਰੇ ਸਿੰਘਾਂ ਨੂੰ ਬੁਲਾ ਕੇ ਲਿਆਓ। ਉਹਦੇ ਸਾਰੇ ਸਿੰਘ ਉਹ ਕਹਿੰਦੇ ਤੁਸੀਂ ਮੈਨੂੰ ਕਿੰਨੇ ਬੁਲਾਇਆ, ਕਹਿੰਦੇ ਚਮਕੌਰ ਸਾਹਿਬ ਦੇ ਯੁੱਧ ਵਿੱਚ ਵੀ ਮੇਰੇ ਤੁਹਾਨੂੰ ਬੰਦੇ ਲੜ ਕੇ ਦਿਖਾਉਂਦੇ, ਉੱਥੇ ਵੀ ਕਿੱਦਾਂ ਲੜੀਦਾ। ਉਹ ਕਹਿੰਦੇ ਤੁਹਾਨੂੰ ਮੈਂ ਦਿਖਾਉਣਾ ਵੀ ਇਹ ਜਿਹੜੇ ਦਾਲ ਚੌਲ ਤੁਸੀਂ ਕਹਿ ਰਹੇ ਹੋ ਵੀ ਖਾਂਦੇ ਨੇ, ਵੀ ਇਹਨਾਂ ਸਿੰਘਾਂ 'ਚ ਕੀ ਜੋਸ਼ ਹੈ, ਭਰੋਸਾ। ਉਹ ਜਿਹੜਾ ਭਰੋਸਾ ਗੁਰੂ ਸਾਹਿਬ ਤੇ ਕਿੰਨਾ ਸੀਗਾ, ਤੇ ਉਹ ਭਾਈ ਡੱਲਾ ਦੇਖ ਕੇ ਡਰ ਹੀ ਗਿਆ। ਉਹ ਕਹਿੰਦਾ ਇਹ ਸਿੰਘ ਨੇ ਪਰਮਾਤਮਾ ਦਾ ਰੂਪ ਨੇ, ਕਹਿੰਦੇ ਗੋਲੀ ਖਾਣ ਨੂੰ ਲੜੀ ਜਾਂਦੇ ਨੇ। ਉਹ ਜਿਹੜਾ ਉਹ ਜਦੋਂ ਤੁਸੀਂ ਉਹਨਾਂ ਦਾ ਇਤਿਹਾਸ ਸੁਣਦੇ ਹੋ, ਤੁਸੀਂ ਆਪ ਵੀ ਉਹੋ ਜਿਹੇ ਬਣ ਜਾਂਦੇ ਹੋ। ਤਾਂ ਕਰਕੇ ਜਰੂਰੀ ਆ ਇਤਿਹਾਸ ਦਾ ਪਤਾ ਹੋਣਾ, ਆਪਣੇ ਪੁਰਖਾਂ ਦਾ ਪੁਰਖਿਆਂ ਜਨਮ ਲੈ ਕੇ ਆਪਣਾ ਸ਼ਹੀਦਾਂ ਦਾ ਇਤਿਹਾਸ, ਦਸਾਂ ਗੁਰੂਆਂ ਦਾ ਇਤਿਹਾਸ ਨੀ ਪਤਾ ਵੀ ਫਾਇਦਾ ਕੀ ਆ। ਬਿਲਕੁਲ, ਇੱਕ ਹੋਰ ਗੱਲ ਬਾਈ, ਇਹ ਤੁਸੀਂ ਇਤਿਹਾਸ ਦੀ ਵੀ ਗੱਲ ਕੀਤੀ, ਸੋਨੇ ਤੇ ਸੁਹਾਗੇ ਵਾਲੀ ਗੱਲ ਕੀ ਆ। ਭਾਈ ਹੋਣੀ ਦੋਵੇਂ ਜਾਣੇ ਬੋਡੀ ਬਿਲਡਿੰਗ ਵੀ ਕਰਦੇ ਨੇ ਤੇ ਇਤਿਹਾਸ ਦੀ ਵੀ ਨੌਲੇਜ ਰੱਖਦੇ ਨੇ। ਇਹ ਤਾਂ ਤੁਹਾਨੂੰ ਬਹੁਤ ਬਹੁਤ ਚੀਜ਼ਾਂ ਮੈਂ ਵੇਖੀਆਂ, ਜਾਂ ਤੇ ਬੰਦਾ ਬੋਡੀ ਬਿਲਡਰ ਬਹੁਤ ਨੇ ਭਾਈ, ਬੋਡੀ ਬਿਲਡਰ ਅਣਗਿਣਤ ਨੇ ਹਨਾ, ਜਾਂ ਬਹੁਤ ਨੇ, ਪਰ ਇਹਨਾਂ ਚ ਕੀ ਖੂਬੀ ਆ ਇਤਿਹਾਸ ਦਾ, ਜਿਹੜੇ ਦੋਵੇਂ ਨੌਲੇਜ ਰੱਖਦੇ ਨੇ ਕਿ ਸਿੱਖੀ ਕਿੱਦਾਂ ਕੀ, ਸਾਡਾ ਇਤਿਹਾਸ ਸਾਡੇ ਪੁਰਖਿਆਂ ਨੇ ਕੀ ਕੀਤਾ। ਹੁਣ ਜਿੱਦਾਂ ਭਾਈ ਨੇ ਕਿ ਸਾਡੇ ਲਈ ਇੰਸਪੀਰੇਸ਼ਨ ਆ, ਹਰੀ ਸਿੰਘ ਨਲੂਏ ਹੋਣਾ ਦਾ ਜਾਂ ਹਨਾ ਸ਼ਾਮ ਸਿੰਘ ਹੋਣਾ ਦਾ ਜਾਂ ਆਪਣੇ ਜਿਹੜੇ ਸ਼ਹੀਦ ਹੋਏ ਨੇ, ਉਹ ਪਤਾ ਹੋਊਗਾ ਤਾਂ ਹੀ ਹਨਾ। ਤੇ ਇਹ ਇਹ ਇਹਨਾਂ ਨੂੰ ਪਤਾ ਹੋਣ ਕਰਕੇ ਇਹ ਅੱਗੇ ਇਹਨਾਂ ਨੂੰ ਸ਼ਾਇਦ ਨਾ ਪਤਾ ਹੋਇਆ ਕਿ ਇਹ ਕਿੰਨਾ ਪ੍ਰਚਾਰ ਕਰ ਰਹੇ ਨੇ। ਬਾਬਾ ਜੀ ਹੁਣ ਇੱਕ ਸਪੋਰਟਸਮੈਨ ਲਾ ਲਓ, ਠੀਕ ਹੈ, ਉਹ ਸਪੋਰਟਸ ਕਰਦਾ, ਪਰ ਜਦੋਂ ਉਹਨੂੰ ਪਤਾ ਲੱਗ ਜੇ ਕਿ ਮੇਰੇ ਬਜ਼ੁਰਗਾਂ ਨੇ ਤੇ ਉਸ ਟਾਈਮ ਉਹਨੂੰ ਹਰਾਇਆ ਜਿਹੜਾ ਦੁਨੀਆਂ ਤੇ ਰਾਜ ਕਰਦਾ ਹੋਇਆ, ਇਹ ਬੜੀ ਵੱਡੀ ਗੱਲ ਹੈ। ਸਾਡੇ ਬਜ਼ੁਰਗ ਸੀ, ਕਿਹਦੇ ਸੀ ਉਹ? ਬਿਲਕੁਲ, ਜੱਸਾ ਸਿੰਘ ਅਲਵੋਲੀ ਸਾਡੇ ਬਜ਼ੁਰਗ ਹੋਇਆ, ਸਾਡੇ ਨੇ ਉਹ। ਜਦੋਂ ਨਾਦਰ ਸ਼ਾਹ ਬਾਬਾ ਜੀ ਉਦੋਂ ਇਤਿਹਾਸ ਪੜ੍ਹਦੇ ਹੋ, ਇਹਨਾਂ ਰੂਹ ਖੜੀ, ਇਹਨਾਂ ਕੰਬਣ ਲੱਗ ਜਾਂਦੀ ਹੈ ਵੀ ਇਹ ਕਿੱਦਾਂ ਹੋ ਸਕਦਾ ਵੀ ਇੱਕ ਬੰਦਾ ਜਿਹੜਾ ਦਿੱਲੀ ਦੇ ਤਖ਼ਤ ਨੂੰ ਲੁੱਟ ਕੇ ਲੈ ਗਿਆ ਤੇ ਉਹਨੂੰ ਲੁੱਟ ਲਿਆ। ਕਿੰਨੀਆਂ ਕੁ ਪੀੜੀਆਂ ਪਿੱਛੇ ਚੱਲ ਜਾਂਦੇ ਆਪਾਂ, 10-15 ਕਿੰਨੀਆਂ? 15 ਪੀੜੀਆਂ ਹੱਦ ਨੇ, ਹੱਦ 15 ਵੀ ਜ਼ਿਆਦਾ ਨੇ, ਪਰ ਫਿਰ ਵੀ 15 ਵੀ ਲਾ ਲਿਆ। ਬਾਬਾ ਜੀ ਤੁਸੀਂ ਸਿੰਘਾਂ ਦਾ ਜੋਸ਼ ਦੇਖੋ ਕਿੰਨਾ ਹੋਏਗਾ, ਜਿਹੜੇ 10-12 ਪੀੜੀਆਂ ਪਿੱਛੇ ਚੱਲ ਜਾਓ, ਕੋਈ 3-4 ਪੀੜੀਆਂ ਤੱਕ। ਡੈਡੀ ਮੇਰਾ, ਮਤਲਬ ਪਹਿਲੀ ਪੀੜੀ ਚ ਮੇਰੇ ਦੋਤਰ, ਦਾਦਾ ਪੜਦਾਦਾ, ਡੈਡੀ ਦਾਦਾ ਪੜਦਾਦਾ, 3 ਪੀੜੀਆਂ ਤਾਂ ਮੈਂ ਦੇਖ ਲਈਆਂ ਜੀ। ਬਿਲਕੁਲ ਠੀਕ, ਉਸ ਤੋਂ ਕਿੰਨੀਆਂ ਪਿੱਛੇ 9 ਕਿੱਡਾ ਕੁ ਹੋਣਗੀਆਂ, 3 ਪੀੜੀਆਂ 100 ਨੰਬਰ ਕਿੱਡਾ ਕੁ ਹੁੰਦਾ। ਸਾਡੇ ਚੋਂ ਹੀ ਸੀ ਉਹ, ਸਾਡੇ ਬਜ਼ੁਰਗ ਸੀ, ਕੋਈ ਏਡਾ ਪੁਰਾਣ ਆਪਾਂ 5-6 ਸਾਲ ਪਿੱਛੇ ਤੇ ਨੀ ਜਾਂਦੇ ਪਏ। ਬਿਲਕੁਲ, ਆਪਾਂ ਇੰਨੀ ਕੁ ਪਿੱਛੇ ਜਾਣ ਡੇ ਆ, ਤੇ ਹੁਣ ਇੰਨੇ ਕੁ ਛੋਟੇ ਟਾਈਮ ਚ ਸਾਡਾ ਏਡਾ ਇਤਿਹਾਸ ਏ ਆਪਾਂ ਗਵਾ ਲਿਆ, ਇੰਨੇ ਛੋਟੇ ਟਾਈਮ ਚ ਇੰਨਾ ਜ਼ਿਆਦਾ ਗਵਾ ਲਿਆ ਆਪਾਂ, ਮਤਲਬ ਕਿ ਇੰਨਾ ਪ੍ਰਚਾਰ ਸਾਰੇ ਚ ਨੀ ਹੈਗਾ। ਬਿਲਕੁਲ, ਹੁਣ ਤੂੰ 1000 ਸਾਲ ਬਾਅਦ ਕਿੱਥੇ ਕੁਝ ਪਤਾ ਨੀ ਹੋਣਾ ਫਿਰ, ਸੋਚਣ ਵਾਲੀ ਗੱਲ ਏ। ਪਰ ਜਦੋਂ ਹੁਣ ਆਪਾਂ ਚੀਜ਼ ਸੋਚੀ ਦੀ, ਇੱਕ ਸਪੋਰਟਸਮੈਨ ਐਜ਼ ਅ ਸਪੋਰਟਸਮੈਨ, ਜਦੋਂ ਮੈਂ ਜਿਮ ਚ ਹੁੰਦਾ, ਮੈਂ ਮੇਰੀ ਫੀਲ ਹੁੰਦੀ ਉਹ ਜਿਮ ਚ, ਜਿਮ ਚ ਤਾਂ ਮੈਂ ਲੜਨਾ ਹੁੰਦਾ, ਜਿਮ ਚ ਤਾਂ ਮੈਂ ਜੰਗੀ ਹੁੰਦਾ ਪੂਰਾ। ਜਿਮ ਚ ਤਾਂ ਏਦਾਂ ਹੁੰਦਾ ਕਿ ਆਪਾਂ ਬਦਾਲੀ ਬਦੁਲੀ ਭਜਾਏ ਨੇ, ਆਪਾਂ ਤੇ ਤਖ਼ਤ ਲਾਏ ਨੇ ਦਿੱਲੀ ਦੇ, ਮੁਗਲਾਂ ਦੇ ਕਿੰਨੀ ਵਾਰ ਦਿੱਲੀ ਜਿੱਤੀ ਹੈ, ਬੜਾ ਕੁਛ ਕੀਤਾ। ਉਹ ਜਿਹੜੀ ਸਟੇਟ ਆਫ ਮਾਇੰਡ ਹੈ ਨਾ, ਉਹ ਫਿਰ ਬਾਬਾ ਜਿਹੜਾ ਜੋਰ ਆਉਂਦਾ ਤੇ ਜਿਹੜਾ ਜੋਸ਼ ਆਉਂਦਾ ਨਾ, ਉਹ ਤੇ ਮਤਲਬ ਨੈਕਸਟ ਲੈਵਲ ਹੈ ਚੀਜ਼। ਦੇਖੋ ਇਹਦੇ ਵਿੱਚ ਨਾ ਭਾਈ, ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਅਸੀਂ ਹਰਾਏ ਨੇ, ਅਸੀਂ ਭਜਾਏ ਨੇ। ਅਸੀਂ ਪਤਾ ਕਿਉਂ ਆ ਰਿਹਾ? ਕਿਉਂਕਿ ਅਸੀਂ ਆਪਣੇ ਪੁਰਖਿਆਂ ਵਰਗੇ ਦੇਖਦੇ ਹਾਂ। ਹੋਰ ਜੇ ਅਸੀਂ ਉਹਨਾਂ ਵਰਗੇ ਦੇਖਦੇ ਹੀ ਨੀ, ਜੇ ਬਾਬਾ ਜੀ ਸਾਡੇ ਕੋਲ ਸਿੱਖੀ ਨੀ ਤੇ ਸਾਡੇ ਕਿੱਥੋਂ ਹੋ ਗਏ?
ਸਾਡੇ ਤੇ ਉਹ ਤਾਂ ਹੋਏ ਨੇ ਜਦੋਂ ਅਸੀਂ ਉਹਨਾਂ ਵਰਗੇ ਦੇਖਦੇ ਹਾਂ, ਜਦੋਂ ਅਸੀਂ ਆਪਣੇ ਗੁਰੂ ਤੇ ਉਹਨਾਂ ਹੀ ਭਰੋਸਾ ਕਰਦੇ ਹਾਂ ਜਿੰਨਾ ਉਹ ਕਰਦੇ ਨੇ, ਤੇ ਤਾਂ ਕਰਕੇ ਸਾਨੂੰ ਉੱਥੋਂ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਸਾਡੇ ਪੁਰਖ ਬਾਈ ਜਿਹੜੇ ਤੇ ਗੁਰੂ ਤੇ ਭਰੋਸਾ ਕਰਦਾ ਉਹਦੇ ਫਿਰ ਮਾਰੇ ਬਲ ਕਿਸੇ ਨੂੰ ਵੀ ਦੇ ਸਕਦੇ। ਮੈਂ ਨੀ ਆਪਣੀ ਜਿੰਦਗੀ ਚ ਸੋਚਿਆ ਕਿ ਮੈਂ ਕਦੀ ਜਪੁਜੀ ਸਾਹਿਬ ਪੜ੍ਹਾਂ, ਮੈਂ ਕਦੀ ਨੀ ਸੋਚਿਆ, ਆਪਣੀ ਜਿੰਦਗੀ ਚ ਨੀ ਸੋਚਿਆ। ਹੁਣ ਆਲਮੋਸਟ ਕਰਨ ਠੀਕ ਹੈ ਮੈਨੂੰ ਕੋਈ ਵੀ ਮਹਾਰਾਜ ਜੀ ਚਾਹੁਣ ਕਿੱਦਾਂ ਯਾਰ ਰੋਜ਼ ਹੀ ਇੱਕ ਚੀਜ਼ ਪੜ੍ਹੀ ਜਾਣੀ, ਗੁਮਾਇੰਡ ਨਾ ਕਰੇ ਜਿਹੜੀ ਗੱਲ ਇਹਨਾਂ ਦੀ ਸੰਗਤ ਦੀ, ਜਿਹੜੀ ਦੀ ਸੰਗਤ ਕੀਤੀ ਇਹਨਾਂ ਦੇ ਸਿੰਘਾਂ ਚ, ਅਮਰੀਕਾ ਵੀ ਰਹੇ ਕੈਨੇਡਾ ਵੀ ਰਹਿੰਦੇ ਜੀ, ਸਭ ਤੋਂ ਵੱਡੀ ਸ਼ਹੀਦੀ ਬਾਗ ਸੰਤਾਂ ਨਾਲ ਪ੍ਰੇਮ, ਉਹ ਜਿਹੜੀ ਇੱਕ ਸੰਗਤ ਆ ਨਾ ਉਹ ਮੁੱਢ ਬੰਨ ਦਿੰਦੀ ਆ ਬੰਦੇ ਦਾ, ਜਿੱਦਾਂ ਇੱਕ ਦਰਖਤ ਦੀ ਜੜ ਬਚਣ ਦੀ, ਉਹ ਜੜ ਬਚ ਗਈ ਆ ਉਹ ਟੁੱਟਣੀ ਨਹੀਂ ਆ ਜੇ ਤੁਸੀਂ ਸੰਗਤ ਨਾ ਕਰਦੇ। ਕਿਉਂਕਿ ਅੱਜ ਦੇ ਸਮੇਂ ਚ ਬਾਬਾ ਜੀ ਸੰਗਤ ਕਰਨੀ ਬਹੁਤ ਲਾਜ਼ਮੀ ਹੈ ਨਾ। ਜੇ ਮੰਨ ਲਓ ਹੁਣ ਆਪਾਂ ਮਹਾਰਾਜ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਸਫਲਾ ਵਾ, ਜੇ ਬਾਹਰ ਜਾ ਕੇ ਤੁਸੀਂ ਹੋਰ ਕਿਸੇ ਨੂੰ ਮਿਲੋਗੇ ਜਿਹੜਾ ਦਿਮਾਗ ਉਹ ਕਲਯੁਗ ਦਾ ਸਮਾਂ ਉੱਧਰ ਨੂੰ ਚੱਲ ਪੈਣਾ ਪੁੱਠੇ ਪਾਸੇ, ਇਹਦੀ ਜਿਹੜੀ ਸੰਗਤ ਹੋਣੀ ਚੌਵੀ ਘੰਟੇ ਲਾਜ਼ਮੀ ਆ। ਜੰਗਲ ਚ ਜਦੋਂ ਆਪਾਂ ਜੇ ਮਾਰਾ ਇੰਡੀਆ ਦੀ ਗੱਲ ਕਰੀਏ, ਉਹ ਸਿੰਘ ਪਿੰਡ ਨੂੰ ਆਇਆ ਲੈ ਉਹ ਕੋਠੀ ਬਣਾ ਲਈ, ਉਹ ਜੇ ਮਨ ਚ ਫੁਰਨਾ ਆ ਗਿਆ ਯਾਰ ਮੈਂ ਕੀ ਕੀਤਾ ਮੈਂ ਸੇਵਾ ਹੀ ਕਰਦਾ ਰਿਹਾ, ਉਹ ਕਹਾਣੀ ਖਤਮ। ਪਰ ਜਦੋਂ ਸਿੰਘਾਂ ਚ ਹੋਊਗਾ ਜਿਹੜਾ ਮਰ ਉੱਥੇ ਭਾਵੇਂ ਪ੍ਰਾਈਮ ਮਿਨਿਸਟਰ ਆ ਜੇ ਨੰਦ ਚ ਆਈ ਪੁੱਛਦਾ ਕੋਈ ਨੀ ਪੁੱਛਦਾ। ਬਾਬਾ ਜੀ ਇਹ ਸੱਚ ਹੈ, ਗੁਰੂ ਸਾਹਿਬ ਨੇ ਜਿਹੜੀ ਗੱਲਾਂ ਨੇ ਨਾ ਸਿੰਘਾਂ ਨੇ ਪ੍ਰੂਵ ਕਰਕੇ ਦਿਖਾਈਆਂ ਵੀ ਪਾਤਸ਼ਾਹੀਆਂ ਕਿੱਦਾਂ ਮਿਲਦੀਆਂ ਨੇ। ਜਦੋਂ ਹੁਣ ਵੀ ਕਰ ਸਕਦੇ ਬਾਬਾ ਜੀ, ਬਿਲਕੁਲ ਕਰ ਸਕਦੇ ਆ। ਜੱਸਾ ਸਿੰਘ ਆਲੂਵਾਲੀਆ ਜਿਹੜੇ ਸੀਗੇ ਉਹ ਆਪਾਂ ਪੜ੍ਹਦੇ ਹਾਂ ਉਹਦੇ ਇਤਿਹਾਸ ਬਾਰੇ ਬਈ, ਉਹ ਕਿੱਦਾਂ ਕਿੱਦਾਂ ਉਹ 17 ਸਾਲ ਦੀ ਉਮਰ ਚ ਘੋੜਿਆਂ ਦੀ ਕਾਠੀਆਂ ਸਾਫ਼ ਕਰਦੇ ਸੀਗੇ ਸੇਵਾ ਦੇ। ਭਾਈ ਨਵਾਬ ਗੁਰੂ ਸਿੰਘ ਜੀ ਨੇ ਕਿਹਾ ਉਹਨਾਂ ਨੂੰ, ਤੇ ਉਹ ਕਹਿੰਦੇ ਵੀ ਮੈਂ ਤਾਂ ਘੋੜਿਆਂ ਦੀ ਲਿੱਦਾਂ ਸਾਫ਼ ਕਰਦਾ ਰਿਹਾ, ਤੂੰ ਤਾਂ ਕਹਿੰਦੇ ਪਾਤਸ਼ਾਹੀਆਂ ਬਖਸ਼ਣੀ ਨੇ ਗੁਰੂ ਸਾਹਿਬ ਨੂੰ ਨਵਾਬੀ ਸੁਲਤਾਨ ਬਣਾਉਂਦਾ ਨਾ, ਉਹ ਕਿੱਥੋਂ ਗੁਰੂ ਸਾਹਿਬ ਚੱਕ ਕੇ ਕਿੱਥੇ ਰੱਖ ਦਿੰਦੇ ਨੇ, ਭਰੋਸਾ ਹੀ ਹੈ ਭਰੋਸਾ ਭਰੋਸਾ ਸੀ ਤੇ ਨਾਲ ਉਦੋਂ ਆ ਆਉਂਦਾ ਕਿ ਸਾਡੇ ਸਰਦਾਰ ਨੇ ਕਹਿਤਾ ਸੁਲਤਾਨ ਬਣਾਉਣਾ ਉਹਨੇ, ਉਹਦਾ ਇਹ ਚੀਜ਼ਾਂ ਹੁੰਦੀਆਂ। ਹੁਣ ਦੱਸਾਂ ਕੀ ਹੁੰਦਾ ਯਾਰ, ਉਹਨੇ ਉਹਨੂੰ ਕਹਿਤਾ ਕਿ ਤੈਨੂੰ ਪ੍ਰਧਾਨ ਹੋਣਾ ਨਾ, ਪ੍ਰਧਾਨ ਤੇ ਮੈਂ ਬਣਨਾ ਹੀ। ਜਦੋਂ ਨਵਾਬ ਕਪੂਰ ਸਿੰਘ ਜੀ ਸੀਗੇ ਉਸ ਟਾਈਮ ਭਾਈ ਮਨੀ ਸਿੰਘ ਜੀ ਵੀ ਸੀਗੇ, ਉਸ ਟਾਈਮ ਬਾਬਾ ਦੀਪ ਸਿੰਘ ਜੀ ਵੀ ਸੀਗੇ, ਤੇ ਜੇ ਗੁਰੂ ਸਾਹਿਬ ਨੇ ਕਿਹਾ ਨਾ ਕਿ ਨਵਾਬ ਮੇਰਾ ਇਹ ਹੈ, ਤੇ ਉਸ ਟਾਈਮ ਜਿਹੜਾ ਇਕੱਠ ਹੋਇਆ ਸੀਗਾ ਸਿੱਖਾਂ ਦਾ ਜਦੋਂ ਭਾਈ ਜੇ ਛੋਟਾ ਹੀ ਹੁੰਦਾ ਕਹਿੰਦਾ ਨਵਾਬ ਹੈ ਛੋਟੇ ਦੇ ਫੜ ਕੇ ਕਹਿੰਦਾ ਹਾਂਜੀ ਹਾਂਜੀ, ਤੇ ਉਹ ਨਵਾਬੀ ਗੁਰੂ ਦੇ ਸਿੱਖਾਂ ਨੇ ਉਹਨਾਂ ਨੂੰ ਦਿੱਤੀ ਉਸ ਟਾਈਮ ਜਿਹੜੀ ਜਥੇਦਾਰਾਂ ਕੋਲ ਕਮਾਨ ਸੀਗੀ ਉਹ ਨਵਾਬ ਕਪੂਰ ਸਿੰਘ ਜੀ ਕੋਲ ਸੀਗੀ, ਜਦੋਂ ਇਕੱਠ ਹੋਇਆ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਤੇ, ਉਸ ਟਾਈਮ ਜਿਹੜੀ ਨਵਾਬੀ ਸਾਂਭੀ ਹੈ ਜਿਹੜੀ ਲੀਡਰੀ ਸਾਂਭੀ ਹੈ ਜਥੇਦਾਰੀ, ਤੇ ਉਸ ਟਾਈਮ ਨਵਾਬ ਕਪੂਰ ਸਿੰਘ ਨੇ ਸਾਂਭੀ ਹੈ, ਉਹਨਾਂ ਨੇ ਅੱਗੋਂ ਵੇਲੇ ਜਵਾਬ ਕੀਤੀ ਇੱਕ ਵਾਰ ਕਿ ਸਾਡਾ ਸੁਲਤਾਨ ਤੈਨੂੰ ਤੇ ਸੁਲਤਾਨ ਬਣਾ ਸੁਣ ਲਈ। ਬੈਠੇ ਸੀਗੇ ਤੇ ਮਤਲਬ ਕਿ ਚਰਚਾ ਦਾ ਵਿਸ਼ਾ ਬਣ ਗਿਆ, ਅਸੀਂ ਕੀ ਚਾਹੁੰਦੇ ਹਾਂ ਹੁਣ ਅੱਜ ਕੱਲ ਕਿ ਆਪਾਂ ਤੁਸੀਂ ਦਸਤਾਰ ਦੀ ਵੀ ਗੱਲ ਕੀਤੀ ਆ ਕਿ ਰਾਮ ਜੀ ਪਾ ਕੇ ਆ ਜਾਂਦੇ, ਤੁਸੀਂ ਏਦਾਂ ਹੀ ਆਖਿਆ ਤੇ ਇਹਨੇ ਗੱਲ ਸਹੀ ਆ ਬਾਈ। ਹੁਣ 5 ਸਾਲ ਦੀ ਉਮਰ ਤੇ 7 ਸਾਲ ਦੀ ਉਮਰ ਚ ਬਾਈ ਉੱਥੇ ਕਚਹਿਰੀ ਜਾ ਕੇ ਫਤਿਹ ਗਜਾਉਣੀ ਬਹੁਤ ਵੱਡੀ ਗੱਲ ਆ, ਤੇ ਉਹਨਾਂ ਨੇ ਕੀ ਪ੍ਰੂਵ ਕੀਤਾ ਅਸੀਂ ਏਦਾਂ ਤੇ ਏਦਾਂ ਅਸੀਂ ਨੀ ਬਦਲਣਾ ਹਨਾ। ਹੁਣ ਅਸੀਂ ਦੁਆਲੇ ਕਿਉਂ ਲਈਏ, ਅਸੀਂ ਕੋਈ ਵੱਖਰਾ ਬਾਬਾ ਜੀ ਹੁਣ ਚੋਲਾ ਪਾ ਕੇ ਜਾਂਦੇ ਨੇ, ਬਹੁਤ ਵੱਡੀ ਗੱਲ ਆ।
ਤੇ ਬਾਬਾ ਜੀ ਲੋਕੀ ਗੋਰੇ ਆ ਕੇ ਪੁੱਛਦੇ ਨੇ ਇਹ ਭਾਈ ਤੁਸੀਂ ਕੀ ਪਾਇਆ ਇਹ ਦੱਸਦੇ ਨੇ ਕਿ ਸਾਡੀ ਮਿਲਟਰੀ ਯੂਨੀਫਾਰਮ ਆ ਨਾ ਤੇ ਬਾਬਾ ਜੀ ਬਦਲੇ ਨੇ ਨਾ ਕੁਛ ਹੋਰ ਆ ਬਾਬਾ ਜੀ ਜੇ ਮੇਰੇ ਵਰਗਾ ਬਹਾਨਾ ਲਾਉਂਦਾ ਵਾ ਬਾਬਾ ਜੀ ਸਿੱਖੀ ਦਾ ਪ੍ਰਚਾਰ ਹੀ ਆ ਬਾਬਾ ਜੀ ਮੇਰੇ ਵਰਗਾ ਬਹੁਤ ਬਹਾਨੇ ਨਹੀਂ ਮੈਂ ਚੋਲਾ ਪਾ ਕੇ ਚੱਲ ਗਿਆ ਸਟੋਰੀ ਚੱਲ ਗਿਆ ਮੈਨੂੰ ਲੋਕੀ ਕੀ ਆਖਣਗੇ ਕਿੱਦਾਂ ਲੋਕੀ ਕੁਛ ਨੀ ਆਖਦੇ ਬਾਬਾ ਜੀ ਇਹ ਮਨ ਦਾ ਡਰ ਹੀ ਆ ਮਨ ਜਿੱਤਿਆ ਜਗਜੀਤ ਲੋਕੀ ਪਿਆਰ ਕਰਦੇ ਨੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਆਪਣੀ ਸੱਚੀ ਮੈਂ ਝੂਠ ਬਿਲਕੁਲ ਨੀ ਮੈਂ 2013 ਤੋਂ ਪਾਵਰ ਹਾਊਸ ਜਿੰਮ ਜਾਣ ਡਿਆ 13 ਤੋਂ ਕਿ 12 ਤੋਂ ਪਾਵਰ ਹਾਊਸ ਜਿੰਮ ਜਾਣ ਡਿਆ ਹਾਂਜੀ ਮੇਰੇ 5% ਲੋਕ ਬੁਲਾਉਂਦੇ ਸੀ ਮੈਨੂੰ ਜਦੋਂ ਮੈਂ ਦਮਾਲਾ ਸਜਾਉਣਾ ਸ਼ੁਰੂ ਕੀਤਾ ਹੁਣ 95% ਕੀ 100% ਲੋਕ ਬੁਲਾਉਂਦੇ ਮਿਲਾਂ ਕੀ ਬਾਤ ਹੈ ਤੇ ਇਹ ਇਹ ਚੀ ਬਹੁਤ ਵੱਡਾ ਪ੍ਰਚਾਰ ਆ ਲੋਕੀ ਆ ਕੇ ਪੁੱਛਦੇ ਨੇ ਭਾਈ ਉਹ ਅੱਗੋ ਦੱਸ ਸਕਦੇ ਨੇ ਕਿ ਅਸੀਂ ਸਿੱਖ ਹਾਂ ਜਾਂ ਮੈਂ ਸਿੱਖ ਹਾਂ ਜਾਂ ਹਨਾ ਅਸੀਂ ਸਾਡੇ ਫਲਾਣੇ ਬਜ਼ੁਰਗ ਇਦਾਂ ਹੁੰਦੇ ਆ ਕੋਈ ਫਨੀ ਗੱਲ ਦੱਸਾਂ ਹਾਂਜੀ ਗੋਰਾ ਕੋਈ ਨਹੀਂ ਪੁੱਛਦਾ ਕੋਈ ਨੀ ਪੁੱਛਦਾ ਸਾਡੇ ਲੋਕ ਪੁੱਛਦੇ ਉਹ ਯਾਰ ਤੈਨੂੰ ਇਹੋ ਜਿਹਾ ਕੀ ਹੋਇਆ ਤੁਸੀਂ ਦੋ ਗਏ ਮਤਲਬ ਇਹ ਤੇ ਗੱਲ ਸਹੀ ਆਪਣੀ ਇਦਾਂ ਗੋਰੇ ਨੀ ਪੁੱਛਦੇ ਮੇਰਾ ਦੋਸਤ ਹੀ ਹੈ ਮੇਰਾ ਬਚਪਨ ਦਾ ਦੋਸਤ ਮੇਰਾ ਭਰਾ ਹੀ ਲਾ ਲਓ ਮੈਂ 4 ਦਿਨ ਪਹਿਲੇ ਮੇਰੇ ਨਾਲ ਵੀਡੀਓ ਕਾਲ ਤੇ ਗੱਲ ਹੋ ਗਈ ਕਹਿੰਦਾ ਯਾਰ ਵਿੱਕੀ ਮੈਨੂੰ ਦੱਸ ਕਿ ਮਤਲਬ ਕਿ ਕੀ ਹੋਇਆ ਮਤਲਬ ਕਿ ਤੈਨੂੰ ਕਿੱਦਾਂ ਹੋਇਆ ਮੈਂ ਕਿਹਾ ਤੂੰ ਆ ਕਮੀਜ਼ ਭਾਈ ਤੈਨੂੰ ਤੂੰ ਕੀ ਸੋਚਿਆ ਕਮੀਜ਼ ਪਾਣੀ ਤੂੰ ਸੋਚਿਆ ਹੀ ਮੈਂ ਕਮੀਜ਼ ਪਾਣੀ ਮੈਂ ਕਿਹਾ ਤੇਰਾ ਮਨ ਕੀਤਾ ਤੂੰ ਕਰ ਲਿਆ ਮੈਂ ਕਿਹਾ ਇੱਦਾਂ ਮੇਰੇ ਨਾਲ ਹੋਣਾ ਹੀ ਹੋ ਗਿਆ ਮੈਂ ਕਿਹਾ ਸੋਚ ਕੇ ਥੋੜਾ ਕੰਮ ਹੁੰਦੇ ਨੇ ਕਿ ਮੈਂ ਬੈਠਾ ਅੱਛਾ ਬੰਦਾ ਸੋਚਦਾ ਕੁਛ ਹੋਰ ਆ ਮਹਾਰਾਜ ਕਰਦੇ ਹੀ ਕੁਛ ਹੋਰ ਨੇ ਜੇ ਉਹ ਸੋਚਦੇ ਹੁੰਦਾ ਨੀ ਜਿੱਥੇ ਆਪਣੀ ਸੋਚ ਜਿੱਥੇ ਮੁੱਕਦੀ ਹੈ ਮਹਾਰਾਜ ਦਾ ਤੇ ਉੱਥੇ ਪਤਾ ਨੀ ਇੱਕ ਚੀਜ਼ ਵੇਖੀ ਜਿਹੜਾ ਬੰਦਾ ਕਹਿੰਦਾ ਨਾ ਵੀ ਮੈਂ ਅਜੇ ਸਿੱਖ ਨੀ ਬਣਨਾ ਮੇਰੀ ਨਾ ਭੈਣ ਦੀ ਕੁੜੀ ਆ ਤੇ ਬਾਬਾ ਜੀ ਜਮਾ ਹੀ ਸ਼ਕਲ ਸੇਮ ਓਦਾਂ ਦੀ ਮੈਂ ਤੇ ਓਦਾਂ ਦੀ ਉਹੀ ਵਿਕਣੀ ਮੇਰਾ ਸਮਾਂ ਸਾ ਨਿਕਲ ਜਾਂਦਾ ਮੈਂ ਤੈਨੂੰ ਚਾਹ ਦੀ ਚਰਚਾ ਸਾਡੀ ਬਹੁਤ ਜ਼ਿਆਦਾ ਲੰਬੀ ਚੱਲ ਗਈ ਅੱਜ ਤੇ ਛੋਟੇ ਛੋਟੇ ਕਲਿੱਪਾਂ ਦੀ ਅਸੀਂ ਬਹੁਤ ਜ਼ਿਆਦਾ ਪਾਵਾਂਗੇ ਇੰਸਟਾਗ੍ਰਾਮ ਤੇ ਨਾਲ ਨਾਲ ਤੇ ਵਿੱਕੀ ਭਾਜੀ ਆਈ ਬੀਬੀ ਪ੍ਰੋ ਇਹ ਪਾਵਰ ਹਾਊਸ ਜਿੰਮ ਵਾਲੇ ਇਹ ਸਾਡੇ ਗੱਜ ਭਾਜੀ ਇਹ ਸਾਡੇ ਬਾਬਾ ਗੱਜ ਸਿੰਘ ਜੀ ਇਹ ਹੈਗੇ ਨੇ ਜੀ ਆਪਣਾ ਦਿੱਲੀ ਕਿਹੜੇ ਪਾਸੇ ਦਾ ਜੀ ਧੰਨਵਾਦ ਵੀ ਕਰ ਲਾ ਬਹੁਤ ਬਹੁਤ ਧੰਨਵਾਦ ਜੀ ਚਾਹ ਦੀ ਚਰਚਾ ਦੇ ਪਿੰਡੀ ਚਰਚਾ ਨੇ ਆ ਲਈ ਤੁਹਾਡਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਜਿਆਦਾ ਵਧੀਆ ਲੱਗਿਆ ਮੇਨ ਗੱਲ ਜਿਹੜੀ ਮੁੱਕਦੀ ਇਹ ਆ ਜੇ ਸਾਰਿਆਂ ਨੂੰ ਜਿੰਨੇ ਗੁਰਸਿੱਖ ਪ੍ਰੇਮ ਕਰਦੇ ਤੇ ਇਹ ਚੀਜ਼ਾਂ ਦਾ ਫਾਇਦਾ ਤਾਂ ਆ ਜੇ ਤੁਹਾਡੇ ਚੋਂ ਕੋਈ ਕਬੀਰ ਵੀ ਗੁਰਸਿੱਖੀ ਨਾਲ ਜੁੜੇ ਹਨਾ ਕਿਉਂਕਿ ਇੰਨਾ ਬੋਲਣਾ ਹੈ ਜੋ ਵੀ ਕਰਨਾ ਇਸੇ ਵੀ ਅਸੀਂ ਆਪਣਾ ਧਰਮ ਦਾ ਪ੍ਰਚਾਰ ਕਰਨੇ ਹਰ ਕੋਈ ਆਪਣੇ ਧਰਮ ਦਾ ਕਰਦਾ 1 ਵਜੇ ਤੱਕ ਬੈਠ ਕੇ ਤੁਹਾਡੇ ਲਈ ਆਪਾਂ ਬੋਲ ਰਹੇ ਹਾਂ ਅਗਲੇ ਜਨਮ ਚ ਮੰਗਾ ਲੋ 100 ਜਨਮਾਂ ਚ ਮੰਗਾ ਲੋ ਤੇ ਇਹੋ ਤੁਸੀਂ ਆਪਣੇ ਬੱਚਿਆਂ ਨੂੰ ਦੱਸੋ ਇਹੋ ਹੀ ਪ੍ਰਚਾਰ ਹੁੰਦਾ ਕਿਉਂਕਿ ਕੱਲੇ ਕੱਲੇ ਸਿੱਖ ਦਾ ਆਪਣੇ ਆਪਣੇ ਤੇ ਪ੍ਰਚਾਰ ਆ ਕੱਲੇ ਕੱਲੇ ਦਾ ਇਹ ਨੀ ਆਪਾਂ ਕਹਿ ਸਕਦੇ ਵੀ ਜਿਹੜੇ ਗੁਰਦੁਆਰੇ ਚ ਬੈਠੇ ਨੇ ਜਾਂ ਜਿਹੜੇ ਦਲਾਂ ਪੰਥਾਂ ਚ ਬੈਠੇ ਉਹਨਾਂ ਦੇ ਇਹ ਮਹਾਰਾਜ ਸਿੱਖ ਮਹਾਰਾਜ ਦੀ ਸਾਰੀ ਆ ਕਦੀ ਏਦਾਂ ਥੋੜਾ ਆਪਾਂ ਕਹਿੰਦੇ ਹਾਂ ਕਿ ਜੇ ਕੋਈ ਗੱਲ ਜੇ ਤੁਸੀਂ ਗਾਹ ਹੋ ਜਾਓ ਜੀ ਤੇ ਫਿਰ ਗੁਰੂ ਫਿਰ ਉਹਨਾਂ ਦੇ ਵੀ ਤੁਹਾਡੇ ਥੋੜਾ ਹੈਗੇ ਤੁਸੀਂ ਆਪਣਾ ਲੱਭੋ ਤੁਹਾਡੇ ਕੌਣ ਹੈ ਇਹ ਕਰਕੇ ਆਪਾਂ ਸਾਰੇ ਗੁਰੂ ਦੇ ਪੋਤੇ ਹਾਂ ਤੇ ਆਪਣਾ ਸਾਰਿਆਂ ਦਾ ਇਹ ਫਰਜ਼ ਬਣਦਾ ਵੀ ਆਪਣੇ ਆਪਣੇ ਘਰੇ ਥੋੜਾ ਥੋੜਾ ਦੱਸੀਏ ਜ਼ਿਆਦਾ ਨੀ ਥੋੜਾ ਥੋੜਾ ਦੱਸੋ ਕਿਣਕੇ ਕਿਣਕੇ ਇਹਨਾਂ ਸਮੁੰਦਰ ਬਣ ਜਾਣਾ ਤੇ ਬਦਲਾਅ ਫਿਰ ਛੇਤੀ ਆ ਜਾਣਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣਿਆ ਸਤਿ ਸ੍ਰੀ ਅਕਾਲ।